ਚਲੋ ਦੇਖੋ, ਇੱਕ ਏ ਨਾਮ ਦੀ ਪਾਰਟੀ, ਇੱਕ ਬੀ ਨਾਮ ਦੀ ਪਾਰਟੀ ਹੈ। ਮੰਨ ਕੇ ਚਲੋ ਆਪਾਂ ਨਾਮ ਲੈਂਦੇ ਕਿਸੇ ਦਾ, ਕੋਈ ਪਾਰਟੀ ਹੋ ਸਕਦੀ ਹੈ। ਇਹ ਪਾਰਟੀ ਨੂੰ 50% ਪਲੱਸ 1 ਸੀਟਾਂ ਮਿਲੀਆਂ ਨੇ। ਟੋਟਲ ਮੰਨ ਕੇ ਚਲੋ ਕਿਸੇ ਸਟੇਟ ਦੇ ਵਿੱਚ 100 ਸੀਟ ਹੈ, ਤਾਂ ਇਹ ਕਿਸੇ ਪਾਰਟੀ ਨੂੰ ਸਰਕਾਰ ਬਣਾਉਣ ਦੇ ਵਾਸਤੇ 51 ਸੀਟਾਂ ਦੀ ਲੋੜ ਪਊਗੀ। ਬਹੁਮਤ ਤਾਂ ਹੀ ਹਾਜ਼ਰ ਹੁੰਦਾ। ਹੁਣ ਇੱਥੇ ਸੀ ਪਾਰਟੀ ਵੀ ਸੀ ਇੱਕ, ਇਹਨੂੰ ਮਿਲੀਆਂ ਨਹੀਂ ਹੈਗੀਆਂ। ਇਹਦੇ ਕੋਲ ਮੰਨ ਕੇ ਚਲੋ 24 ਸੀਟਾਂ ਆਈਆਂ, ਇਹਦੇ ਕੋਲ 25 ਸੀਟਾਂ ਆਈਆਂ। ਇਹਦੇ ਕੋਲ ਐਗਜ਼ਾਮਪਲ ਲਓ ਕਿ 48 ਸੀਟ ਰਹਿ ਗਈਆਂ, 48 ਸੀਟਾਂ ਰਹਿ ਗਈਆਂ। ਕੁਛ ਸੀਟਾਂ 'ਤੇ ਇਲੈਕਸ਼ਨ ਨਹੀਂ ਹੋਇਆ, ਕੁਛ ਸੀਟਾਂ ਮੰਨ ਕੇ ਚਲੋ ਡੀ ਪਾਰਟੀ 2 ਬੰਦੇ ਸੀ, ਉਹਦੇ ਕੋਲ ਕਿੰਨੇ ਰਹਿ ਗਈਆਂ? 2 ਇੱਥੋਂ ਰਹਿ ਗਈਆਂ, 1 ਇੱਥੋਂ ਰਹਿ ਗਈ, 3 ਸੀਟਾਂ ਵੀ ਜਿੱਤ ਗਈ। ਮੰਨ ਕੇ ਚਲੋ ਆਜ਼ਾਦ ਜਿੱਤ ਗਈ 3 ਸੀਟਾਂ, ਐਗਜ਼ਾਮਪਲ ਲੈ ਲਓ। ਹੁਣ ਸਭ ਤੋਂ ਵੱਡੀ ਪਾਰਟੀ ਕਿਹੜੀ ਇਹੀ ਹੈ, ਸਭ ਤੋਂ ਜ਼ਿਆਦਾ ਸੀਟਾਂ ਲੈ ਰਹੀ ਹੈ ਸਰਕਾਰ ਬੇਬੀ ਨੂੰ ਮੰਨ ਰਹੀ। ਸਰਕਾਰ ਬਣਾਉਣ ਦੇ ਵਾਸਤੇ 51 ਸੀਟਾਂ ਦੀ ਲੋੜ ਹੈ। ਇਹ ਕਹਿੰਦੇ ਵੀ ਇਹਨਾਂ ਨੂੰ ਕਹਿਣ ਲੱਗੇ ਸਾਡੇ ਨਾਲ ਆ ਜਾਓ, ਇਹ ਕਹਿੰਦੇ ਨਾ ਅਸੀਂ ਜਾਉਂਦੇ। ਇਹਨੂੰ ਕਹਿੰਦੇ ਤੁਸੀਂ ਸਾਡੇ ਨਾਲ ਆ ਜਾਓ, ਸਰਕਾਰ ਬਣ ਜੂਗੀ ਸਾਡੀ, ਤੁਹਾਨੂੰ ਕੋਈ ਨਾ ਕੋਈ ਬਹੁਮਤ ਦੇਵਾਂਗੇ। ਹੁਣ ਆਜ਼ਾਦ ਬੰਦੇ ਸੀਗੇ, ਆਜ਼ਾਦ ਕੌਣ ਹੁੰਦੇ ਨੇ? ਆਜ਼ਾਦ ਬਾਗੀ, ਕਿਸ ਤਰ੍ਹਾਂ ਵੀ ਲੋਕ ਲੜ ਸਕਦੇ ਨੇ ਉਹ। ਇਹਨੇ ਜਾਲ ਮਾਰੀ, ਇੱਥੇ ਆਇਆ 3 ਬੰਦੇ, 51 ਸੀਟਾਂ ਪੂਰੀਆਂ, ਸਰਕਾਰ ਬਣ ਗਈ। ਇਹੀ ਕਾਰਨ ਸੀ। ਪਰ ਫਿਰ ਜਾ ਕੇ ਪਤਾ ਲੱਗਿਆ ਜਿਹੜੇ ਬੰਦੇ 3 ਸੀਗੇ ਨਾ, ਇਹ ਇਹਨਾਂ ਨੇ ਦੋਨਾਂ ਨੇ ਜੁੜ ਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰੀ। ਇੱਥੇ 49 ਹੋ ਰਹੀਆਂ ਨੇ, ਹੋ ਰਹੇ ਨੇ 49। ਇਹਨੂੰ ਚਾਂਸ ਦਿੱਤਾ 3 ਬੰਦਿਆਂ, ਤੁਸੀਂ ਐਂ ਕਰੋ ਸਾਡੇ ਨਾਲ ਆ ਜਾਓ, ਤੁਹਾਨੂੰ ਮੰਤਰੀ ਬਣਾਵਾਂਗੇ, ਤੁਹਾਨੂੰ ਡਿਪਟੀ ਸੀ ਐਮ ਬਣਾਵਾਂਗੇ, ਤੁਹਾਡੇ ਕੋਲ ਵੱਡਾ ਵੱਡਾ ਅਹੁਦਾ ਦੇਵਾਂਗੇ, ਤੁਹਾਨੂੰ ਡਿਫੈਂਸ ਮਿਨਿਸਟਰੀ ਦੇ ਦਾਂਗੇ, ਤੁਹਾਨੂੰ ਉਹ ਦੇ ਦਾਂਗੇ। ਉਹਨੂੰ ਬਹੁਤ ਵੱਡੇ ਝਾਸੇ ਦਿੱਤੇ ਗਏ। ਛਾਲ ਮਾਰੀ, ਇੱਧਰ ਆ ਗਈ, ਸਰਕਾਰ ਟੁੱਟ ਗਈ, ਸਰਕਾਰ ਡਿੱਗੀ। ਸਰਕਾਰ ਤਾਂ ਡਿੱਗੂਗੀ, ਇਹਨੇ 50% ਪਲੱਸ 1 ਸੀਟਾਂ ਹੈ ਨਹੀਂ ਕਿਸੇ ਕੋਲ, ਸਰਕਾਰ ਡਿੱਗੀ, ਸਰਕਾਰ ਬਣ ਗਈ ਇਹਨਾਂ ਦੀ ਬੀਜੇਪੀ ਦੀ। ਇਹ ਇੱਥੇ ਆ ਗਏ, ਇਹਨੂੰ ਮੰਤਰੀ ਬਣਾਇਆ ਨਹੀਂ ਗਿਆ, ਇਹਨੂੰ ਛੋਟਾ ਛੋਟਾ ਅਹੁਦਾ ਦਿੱਤਾ ਗਿਆ। ਇਹ ਕਹਿੰਦਾ ਨਾ ਬਈ ਮੈਂ ਨਹੀਂ, ਜਾ ਕੇ ਦੁਬਾਰੇ ਕਰਾਂਗੇ ਇਹਨਾਂ ਨਾਲ, ਦੁਬਾਰੇ ਫਿਰ ਸਰਕਾਰ ਇਹਨਾਂ ਦੀ ਬਣ ਗਈ। ਇਹ ਡਿੱਗੀ, ਐਂ ਕੰਮ ਚੱਲਦਾ ਰਿਹਾ 6 ਮਹੀਨੇ ਤਾਂ। ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪ੍ਰੋਸੈਸ ਠੀਕ ਹੈ? ਸਰਕਾਰ ਛਾਲ ਮਾਰੀ ਇੱਧਰ, ਸਰਕਾਰ ਛਾਲ ਮਾਰੀ ਇੱਧਰ, ਪਾਰਟੀ ਆਪਦੇ ਫਾਇਦੇ ਵਾਸਤੇ। ਲੋਕ ਕਿਵੇਂ ਕੰਮ ਕਰਨਗੇ? ਕੰਮ ਮਿਲਣਗੇ ਲੋਕਾਂ ਦੇ? ਕਦੇ ਨਹੀਂ ਹੋ ਸਕਦੇ। ਇਹਦਾ ਮਤਲਬ ਇੱਥੇ ਗੱਲ ਸੋਚੀ ਗਈ ਵੀ ਇਹ ਗੱਲ ਤਰੀਕ ਹੈ। ਇਹ ਇੱਕ ਬੰਦਾ ਸੀਗਾ ਜਿਹੜਾ ਹਰਿਆਣੇ ਦਾ, ਉਹਦਾ ਨਾਮ ਸੀ ਦਿਆ ਰਾਮ। ਉਹਨੇ ਇਹੀ ਕੰਮ ਕਰਿਆ, ਉਹ ਸੋਚਿਆ ਕਰੇ ਵੀ ਪਾਰਟੀ ਕਿੱਧਰ ਚੱਲ ਰਹੀ ਹੈ, ਹਵਾ ਛਾਲ ਮਾਰਿਆ ਕਰੇ ਉੱਧਰ। ਉਹਨੇ ਇੱਕ ਦਿਨ ਦੇ ਵਿੱਚ 2 ਪਾਰਟੀਆਂ ਬਦਲੀਆਂ। ਪਹਿਲਾਂ ਗਿਆ ਇੱਧਰ, ਸਰਕਾਰ ਬਣਾ ਲਈ, ਸੋਚਿਆ ਨਾ ਨਾ ਸਹੀ ਨਹੀਂ ਲੱਗ ਰਿਹਾ, ਛਾਲ ਮਾਰੀ ਇੱਧਰ, ਸਰਕਾਰ ਬਣਾ ਗਈ, ਇੱਥੇ ਕਹਿੰਦੇ ਮੈਨੂੰ ਵੱਡਾ ਅਹੁਦਾ ਦਿਓ, ਅਹੁਦਾ ਦਿੱਤਾ ਹੀ ਗਿਆ, ਛੱਡਤੀ ਫਿਰ ਛਾਲ ਮਾਰੀ ਇੱਧਰ ਆ ਗਿਆ, ਸਰਕਾਰ ਫਿਰ ਇੱਧਰ ਬਣਾਤੀ। ਇੱਕ ਦਿਨ ਦੇ ਵਿੱਚ 3 ਸਰਕਾਰਾਂ ਦੇ ਵਿੱਚ ਬਹੁਮਤ ਦਿੱਤਾ ਬੰਦੇ ਨੇ। ਉੱਥੋਂ ਕਾਬਸ ਤੋਂ ਸਟਾਰਟ ਹੋਈ ਸੀ 1966 ਦੇ ਵਿੱਚ, ਆਇਆ ਰਾਮ ਅਤੇ ਗਿਆ ਰਾਮ, ਆਇਆ ਰਾਮ ਅਤੇ ਗਿਆ ਰਾਮ। ਕਹਿੰਦੇ ਵੀ ਇਸ ਗੱਲ ਨੂੰ ਨਾ ਖਤਮ ਕਰੋ, ਆਇਆ ਰਾਮ ਅਤੇ ਗਿਆ ਰਾਮ ਵਾਲੀ ਗੱਲ ਨਹੀਂ ਹੋਣੀ ਚਾਹੀਦੀ, ਐਂਟੀ ਡਿਫੈਕਸ਼ਨ ਲਾਅ ਲਿਆਓ। ਇੱਥੇ ਆਇਆ ਐਂਟੀ ਡਿਫੈਕਸ਼ਨ ਲਾਅ, ਐਂਟੀ ਡਿਫੈਕਸ਼ਨ ਲਾਅ। ਐਂਟੀ ਡਿਫੈਕਸ਼ਨ ਲਾਅ ਦੇ ਵਿੱਚ ਇਹ ਦੱਸਿਆ ਗਿਆ ਕੋਈ ਬੰਦਾ ਆਪਣੀ ਪਾਰਟੀ ਨੂੰ ਛੱਡ ਕੇ ਛਾਲ ਨਹੀਂ ਮਾਰ ਸਕਦਾ, ਪਰ ਐਕਸੈਪਟ ਇੱਕ ਗੱਲ ਹੈ, ਇੱਕ ਕਾਰਨ ਕਰਕੇ ਮਾਰ ਸਕਦਾ ਛਾਲ, ਉਹ ਕਿਹੜੇ ਕਾਰਨ ਕਰਕੇ? ਜੇਕਰ ਉਸ ਪਾਰਟੀ ਦੇ 2/3 ਮੈਂਬਰ ਸਹਿਮਤ ਨੇ, ਮੰਨ ਕੇ ਚਲੋ ਟੋਟਲ ਪਾਰਟੀ ਕੋਲ 60 ਮੈਂਬਰ ਨੇ, 60 ਦਾ 2/3 ਕਿੰਨੇ ਹੋ ਗਏ? 40 ਮੈਂਬਰ ਹੋ ਗਏ। ਜੇਕਰ 40 ਮੈਂਬਰ ਸਹਿਮਤ ਨੇ ਪਾਰਟੀ ਨੂੰ ਛੱਡਣ ਦੇ ਵਾਸਤੇ, ਦੂਸਰੀ ਪਾਰਟੀ ਜਾਣ ਵਾਸਤੇ, ਤਾਂ ਇੱਕ ਦਿਨ ਜਾ ਸਕਦੇ ਨੇ। ਪਰ ਐਂ ਨਹੀਂ ਹੈਗਾ ਵੀ 1/3 ਮੈਂਬਰ, 10 ਮੈਂਬਰ ਕਹਿੰਦੇ ਤਾਂ ਜਾਂਦੇ ਹਾਂ,
30 ਮੈਂਬਰ ਨੇ ਮੰਨ ਕੇ ਚਲੋ, 20 ਮੈਂਬਰ ਕਹਿੰਦੇ ਜਾਂਦੇ ਆ, ਇਹ ਨਹੀਂ ਹੋ ਸਕਦਾ। ਇੱਕ ਮੈਂਬਰ ਕਹਿੰਦਾ ਤਾਂ ਭੱਜਦਾ, ਇੱਕ ਮੈਂਬਰ ਕਹਿੰਦਾ ਮੈਂ ਤਾਂ ਐਂ ਕਰੋ ਵੀ ਐਨਡੀਏ ਨੂੰ ਸਮਰਥਨ ਦਿੰਦਾ ਹੈਗਾ ਕਾਂਗਰਸ ਦਾ, ਐਵੇਂ ਦੇ ਨਹੀਂ ਸਕਦਾ। ਪਾਰਟੀ ਜੇਕਰ 2/3 ਮੈਂਬਰ ਸਹਿਮਤ ਨੇ ਜਾ ਸਕਦੇ ਨੇ ਤਾਂ ਜਾ ਸਕਦੇ ਨੇ, ਇੱਕ ਮੈਂਬਰ ਜਾਂ 2 ਮੈਂਬਰ ਟੁੱਟ ਕੇ ਜਾ ਸਕਦੇ ਨੇ। ਉਹਦੇ ਐਂਟੀ ਇਨਫੈਕਸ਼ਨ ਲਾਅ ਜਾਰੀ ਹੋ ਜੂਗਾ, ਉਹਨੂੰ ਮੈਂਬਰਸ਼ਿਪ ਆ ਜਿਹੜੀ ਐਮ ਐਲ ਏ ਦੀ ਜੇ ਭਾਵੇਂ ਐਮ ਪੀ ਏ ਖੋਲ ਹੀ ਜਾਊਗੀ। ਤਾਂ ਇਹ ਸਹੀ ਵੀ ਸੀ ਐਂਟੀ ਇਨਫੈਕਸ਼ਨ ਲਾਅ, ਠੀਕ ਹੈ ਜੀ। ਚਲੋ ਆਰਾਮ ਤੇ ਗਿਆਰਾਂ ਵਾਲੀ ਕਹਾਣੀ ਸੀ, ਇਹ ਕਦੋਂ ਹੋਇਆ ਇਹ ਵੀ ਕੁਸ਼ਚਨ ਪੁੱਛਿਆ ਜਾਂਦਾ ਹੈ। ਇਹ 52nd ਅਮੈਂਡਮੈਂਟ ਥਰੂ ਹੋਇਆ, ਐਂਟੀ ਡਿਫੈਕਸ਼ਨ ਲਾਅ ਬਾਇ ਦਾ 56th ਐਕਟ ਅਮੈਂਡਮੈਂਟ ਦਿਸ ਯੂਸ ਫਾਲੋਡ ਬਾਇ ਦਾ ਡਿਵੈਲਪਮੈਂਟ ਆਫ 91st ਅਮੈਂਡਮੈਂਟ 1985। ਹਾਂਜੀ 1985 ਜਿਹੜਾ ਲੇਟੈਸਟ ਹੈ ਤਾਂ ਲੇਟੈਸਟ ਵਰਜਨ ਜਿਹੜਾ ਇਹ ਚੇਂਜ ਕਰਿਆ ਗਿਆ, ਉਹ ਲੇਟੈਸਟ ਵਰਜਨ 91 ਅਮੈਂਡਮੈਂਟ ਕਰਿਆ ਗਿਆ ਸੀ 2003 ਦੇ ਵਿੱਚ, ਉਦੋਂ ਤਾਂ ਲੇਟੈਸਟ ਵਰਜਨ ਅਮੈਂਡ ਕਰਿਆ ਗਿਆ। ਵੈਸੇ ਇਹ ਕੁਸ਼ਚਨ ਪੁੱਛਿਆ ਜਾਂਦਾ ਜ਼ਿਆਦਾ, 11ਵਾਂ ਅਮੈਂਡ ਸੰਸ਼ੋਧਿਤ ਸ਼ਡਿਊਲ ਤੇ ਆ ਚੁੱਕਿਆ ਸੀ। 11ਵਾਂ ਦੇਖੋ ਕੀ ਹੈ, 11ਵਾਂ ਪੰਚਾਇਤੀ ਰਾਜ ਬਾਰੇ ਦੱਸਦਾ ਹੈ। ਉਹਦੀ ਰਿਸਪੋਂਸੀਬਿਲਟੀ ਸਭ ਦੱਸਦਾ ਹੈ, ਠੀਕ ਹੈ। ਉਹਦੇ ਕਿੰਨੇ ਸਬਜੈਕਟ ਨੇ ਦੱਸਦਾ ਹੈ, ਰਿਸਪੋਂਸੀਬਿਲਟੀ ਤੇ ਸਬਜੈਕਟ ਕਿੰਨੇ ਨੇ ਉਹਦੇ ਕੋਲ, ਸਬਜੈਕਟ 29, ਰਿਸਪੋਂਸੀਬਿਲਟੀਜ਼ ਕੀ ਨੇ। ਜਿਵੇਂ ਸਭ ਤੋਂ ਪਹਿਲੀ ਜਿਹੜੀ ਪੰਚਾਇਤ ਰਿਸਪੋਂਸੀਬਿਲਟੀ ਹੁੰਦੀ ਹੈ, ਜਿਵੇਂ ਕੋਈ ਮਰ ਗਿਆ, ਡੈਥ ਹੋ ਗਿਆ, ਡੈਥ ਸਰਟੀਫਿਕੇਟ ਜਾਰੀ ਕਰਨਾ, ਕਿਹਦਾ ਜਨਮ ਹੋਇਆ, ਜਨਮ ਸਰਟੀਫਿਕੇਟ ਜਾਰੀ ਕਰਨਾ, ਇਹ ਮੋਸਟ ਇੰਪੋਰਟੈਂਟ ਗੱਲਾਂ ਹੁੰਦੀਆਂ ਨੇ, ਕਿਉਂਕਿ ਬੱਚਾ ਆਇਆ ਜਾਂ ਬੱਚਾ ਅੱਗੇ ਕੋਈ ਗਿਆ ਛੱਡ ਕੇ ਪਿੰਡ ਨੂੰ, ਇਹ ਗੱਲਾਂ ਧਿਆਨ 'ਚ ਰੱਖਣੀਆਂ ਪੈਂਦੀਆਂ ਨੇ ਪੰਚਾਇਤ ਨੂੰ, ਠੀਕ ਹੈ। ਇਹ ਪੰਚਾਇਤ ਦੇ ਕੰਮ ਆਉਂਦੇ ਨੇ। ਵੈਸੇ ਆਪਾਂ ਨੇ ਆਰਟੀਕਲ ਨੰਬਰ 40 ਦੇਖਿਆ ਸੀ ਜਿਹੜਾ DPSP ਦੇ ਵਿੱਚ ਆਉਂਦਾ, ਇਹ ਵੀ ਪੰਚਾਇਤੀ ਰਾਜ ਬਾਰੇ ਹੈ। ਪੰਚਾਇਤੀ ਰਾਜ ਬਾਰੇ ਜੇ ਦੱਸਿਆ ਗਿਆ ਏ ਤੋਂ ਲੈ ਕੇ ਪੀ ਤੱਕ, ਓ ਤੋਂ ਲੈ ਕੇ ਜੈਡ ਤੱਕ ਦੱਸਿਆ ਸੀ ਮਿਊਨਸੀਪਲ ਕਮੇਟੀ ਨੂੰ, ਇਹ ਪੰਚਾਇਤੀ ਰਾਜ ਨੂੰ ਦੱਸਦਾ। ਪਰ ਸ਼ਡਿਊਲ ਦੇ ਵਿੱਚ ਸ਼ਡਿਊਲ ਨੰਬਰ 11 ਪੰਚਾਇਤੀ ਰਾਜ ਨੂੰ ਰੀਪ੍ਰਜੈਂਟ ਕਰਦਾ। ਹਾਂਜੀ 73rd ਅਮੈਂਡਮੈਂਟ ਹੋਇਆ ਸੀ ਜਦੋਂ ਬਣਾਇਆ ਸੀਗਾ, ਇਹ 73ਵਾਂ ਸੰਸ਼ੋਧਨ 1991 ਦੇ ਵਿੱਚ, 1992 ਦੇ ਵਿੱਚ ਲਾਗੂ, 92 ਚ ਲਾਗੂ ਹੋ ਗਿਆ ਸੀ, 91 ਸੀਗੇ 92 ਦੇਖੀ ਸਕਦੇ ਲੱਗਦਾ 73rd ਅਮੈਂਡਮੈਂਟ 1991 ਆਉਂਦਾ ਚੈੱਕ ਕਰੀ। ਅੱਛਾ ਇਹਦਾ ਜਿਹੜਾ ਪੰਚਾਇਤੀ ਰਾਜ ਦਿਵਸ ਮਨਾਇਆ ਜਾਂਦਾ 24 ਅਪ੍ਰੈਲ ਨੂੰ, ਇਹ ਕੁਸ਼ਚਨ ਪਹਿਲੀ ਪਿਛਲੇ ਪੁੱਛਿਆ ਸੀ, 24 ਅਪ੍ਰੈਲ ਨੂੰ ਕਿਹੜਾ ਦਿਨ ਮਨਾਇਆ ਜਾਂਦਾ, ਪੰਚਾਇਤੀ ਰਾਜ ਡੇ ਮਨਾਇਆ ਜਾਂਦਾ, ਪੰਚਾਇਤੀ ਰਾਜ ਡੇ। ਅੱਛਾ ਇੱਕ ਹੋਰ ਵੀ ਗੱਲ ਹੈ, ਪੰਚਾਇਤ ਸਭ ਤੋਂ ਪਹਿਲਾਂ ਕਿੱਥੇ ਬਣੀ, ਨਾਗੌਰ ਡਿਸਟ੍ਰਿਕਟ ਸੀਗਾ ਰਾਜਸਥਾਨ ਦਾ, ਨਾਗੌਰ ਡਿਸਟ੍ਰਿਕਟ ਰਾਜਸਥਾਨ ਦਾ, ਉੱਥੇ ਸਭ ਤੋਂ ਪਹਿਲੀ ਵਾਰ ਪੰਚਾਇਤ ਬਣੀ। ਪੂਰਨ ਜਿਹੜੀ ਪੰਚਾਇਤ ਬਣੀ ਸੀਗੀ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਬਣੀ, ਪੂਰਨ ਪੰਚਾਇਤ।
ਨਾਗਾਲੈਂਡ ਦੇ ਵਿੱਚ ਅੱਜ ਵੀ ਪੰਚਾਇਤ ਨਹੀਂ ਹੈਗੀ, ਦਿੱਲੀ ਦੇ ਵਿੱਚ ਅੱਜ ਵੀ ਪੰਚਾਇਤ ਨਹੀਂ ਹੈਗੀ, 1992 ਹੈ ਉਹ ਲਾਗੂ ਦੀ ਹੋਊਗੀ ਮੇਰੇ ਦਿਮਾਗ ਦੇ ਵਿੱਚ ਹੈਗਾ ਪੂਰਾ ਇਹ 74th ਅਮੈਂਡਮੈਂਟ ਹੈ ਉਹ ਆ ਗਿਆ ਮੇਰੇ ਨਾਲ ਜਿਹੜਾ 92 ਵਾਲਾ ਇਹ ਮਿਊਨਿਸਪਲ ਕਮੇਟੀ ਦੇ ਮਿਊਨਿਸਪਲ ਕਮੇਟੀ ਜਿਹੜਾ ਹੈਗਾ 74 ਆਉਂਦਾ ਇਹਦਾ ਅਮੈਂਡਮੈਂਟ, ਜਿਹੜਾ ਪੰਚਾਇਤ ਰਾਜ ਤੋਂ ਬਜਾਅ ਸ਼ਹਿਰੀ ਰਾਜ ਨਹੀਂ ਹੁੰਦਾ, ਸ਼ਹਿਰ ਦੇ ਵਿੱਚ ਜਿਹੜਾ ਰਾਜ ਹੁੰਦਾ 74 ਅਮੈਂਡਮੈਂਟ ਹੁੰਦਾ 1992 ਦੇ ਵਿੱਚ ਇਹ ਵੀ ਆਇਆ ਲਿੰਗੁਇਸਟਿਕ ਬੇਸਡ ਸਭ ਤੋਂ ਪਹਿਲੀ ਵਾਰ ਪੰਜਾਬ ਤੋਂ ਉੱਥੇ ਬਣਿਆ ਅੱਛਾ ਮੇਰੀ ਕੁਐਸਚਨ ਪੁੱਛਣਾ ਲਿੰਗੁਇਸਟਿਕ ਬੇਸਡ ਸਭ ਤੋਂ ਪਹਿਲੀ ਵਾਰ ਕਿਹੜਾ ਸਟੇਟ ਬਣਿਆ ਆਂਧਰਾ ਪ੍ਰਦੇਸ਼ ਬਣਿਆ ਸੀ ਲਿੰਗੁਇਸਟਿਕ ਬੇਸਡ ਆਪਣੇ ਵੀ ਲਿੰਗੁਇਸਟਿਕ ਬੇਸ ਬਣਿ
ਦੇ ਵਿੱਚ ਅਸੀਂ ਹਰਿਆਣੇ ਤੋਂ ਅੱਡ ਹੋਏ ਹਾਂ। ਹਰਿਆਣਾ ਜਿਹੜਾ ਬਣਿਆ ਕਿੰਨੀ ਤਰੀਕ ਨੂੰ ਬਣਿਆ? 1 ਨਵੰਬਰ 1966। ਵੈਸੇ ਪੰਜਾਬ ਬਹੁਤ ਲੰਮੀ ਕਹਾਣੀ ਹੈ ਪੰਜਾਬ ਵਾਲੀ, ਕਬਰ ਕੰਧਾਰ ਤੱਕ ਪੜ੍ਹਾਂਗੇ ਜਦੋਂ ਪੜ੍ਹਾਂਗੇ ਪੰਜਾਬ ਨੂੰ। ਠੀਕ ਹੈ, ਕਬਰ ਕੰਧਾਰ ਸਮਝਦੇ ਕਿੱਥੇ ਸੀ? ਬਾਂਗਲਾਦੇਸ਼ ਦੀ ਰਾਜਧਾਨੀ। ਬਗਦਾਦ ਤੱਕ ਪੜ੍ਹਾਂਗੇ ਨੂੰ ਅੱਗੇ ਜਦੋਂ ਟਾਈਮ ਆਇਆ। ਸ਼ਿਮਲਾ ਸ਼ਿਮਲਾ ਦੱਸਾਂਗੇ ਕਿਵੇਂ ਸ਼ਿਮਲਾ ਅੱਡ ਹੋਇਆ। ਸਾਡੀ ਪਹਿਲਾਂ ਹਾਈਕੋਰਟ ਸ਼ਿਮਲੇ ਹੁੰਦੀ ਸੀ, ਲਾਹੌਰ, ਲਾਹੌਰ ਤੋਂ ਸ਼ਿਮਲਾ, ਸ਼ਿਮਲੇ ਤੋਂ ਚੰਡੀਗੜ੍ਹ ਬਾਅਦ 'ਚ ਆਈ ਹੈ 1956 ਦੇ ਵਿੱਚ, 56 ਤੋਂ ਬਾਅਦ। ਬਾਅਦ ਦੇ ਵਿੱਚ ਇੰਜ ਹੁੰਦੀਆਂ ਬਹੁਤ ਸਾਰੀਆਂ ਚੀਜ਼ਾਂ। 60 ਦੇ ਦੁਆਰੇ ਬਣ ਤੋਂ ਬਾਅਦ ਉਹਨਾਂ ਤੁਹਾਨੂੰ 80% ਦੇਣਾ ਪਿਆ, 40-60% ਸਾਰਾ ਪਾਣੀ ਪੁਣ ਦੀ ਗੱਲ ਕਰਾਂਗੇ। ਇਹ ਗੱਲ ਸਮਝ ਆ ਗਈ? ਹਜੇ ਤਾਂ ਆਪਾਂ ਇੱਕ ਚੀਜ਼ ਖਤਮ ਕਰਦੇ ਹਾਂ, ਇਹ ਗੱਲ ਸਮਝ ਆ ਗਈ, ਅੱਗੇ ਚਲੀਏ। ਹਾਂਜੀ, ਇੱਕ ਗੱਲ ਹੋਰ, ਜਿਹੜਾ 73ਵਾਂ ਸੰਸ਼ੋਧਨ ਹੈ ਇਹ 1992 ਦੇ ਵਿੱਚ, ਆ 74 ਵੀ 1993 ਦੇ ਵਿੱਚ, ਇਹ ਮਿਊਂਸੀਪਲ ਕਮੇਟੀ ਬਾਰੇ ਦੱਸਦਾ। ਇਹਦੇ ਕੋਲ 29 ਵਿਸ਼ੇ ਨੇ ਪਰ ਇਹਦੇ ਕੋਲ ਸਬਜੈਕਟ ਦੀ ਗਿਣਤੀ 18 ਹੈ, ਇਹਦੇ ਕੋਲ ਘੱਟ ਵਿਸ਼ੇ ਨੇ ਇਹਦੇ ਕੋਲ। ਵੈਸੇ ਮੈਂ ਦੱਸਿਆ ਹੋਇਆ ਪਹਿਲਾਂ ਵੀ, ਜਿੰਨੇ ਵਾਰ ਕੁਐਸਚਨ ਰਿਪੀਟ ਹੋਇਆ ਹਰ ਵਾਰ ਮੈਂ ਦੱਸਦਾ, ਵਾਰ ਵਾਰ ਰਿਪੀਟ ਕਰਾਉਣਾ। ਏ ਤੋਂ ਲੈ ਕੇ ਪੀ ਤੱਕ ਆਰਟੀਕਲ ਨੰਬਰ 40 ਵੀ ਪੰਚਾਇਤੀ ਰਾਜ ਰਿਪ੍ਰੈਜੈਂਟ ਕਰਦਾ DPSP ਦੇ ਵਿੱਚ, ਡਾਇਰੈਕਟ ਪ੍ਰਿੰਸੀਪਲ ਸਟੇਟ ਪਾਲਿਸੀ। ਉਹਦੇ ਵਿੱਚ ਕੀ ਹੁੰਦਾ ਕਿ ਵੈਲਫੇਅਰ ਆਫ ਸਟੇਟ ਦੀ ਗੱਲ ਕੀਤੀ ਜਾਂਦੀ ਹੈ। ਉਹਦੇ ਵਿੱਚ ਸਰਕਾਰ ਹੈ ਜਿਹੜੇ ਕਿਸੇ ਵੀ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਹਰੇਕ ਪਿੰਡ ਦੇ ਵਿੱਚ ਪੰਚਾਇਤ ਬਣਾ ਕੇ ਦੇਵੇ, ਹਾਲਾਂਕਿ ਆਪ ਤਾਂ ਨਹੀਂ ਬਣਾਉਂਦੀ, ਰਿਸਪੋਂਸੀਬਿਲਿਟੀ ਹੁੰਦੀ ਹੈ। ਸਮਝ ਆ ਗਿਆ? ਬਾਰਵਾਂ ਸ਼ਡਿਊਲ ਤੇ ਲਾਸਟ ਸ਼ਡਿਊਲ ਹੈ ਪਾਵਰ ਅਥਾਰਿਟੀ। ਰਿਸਪੋਂਸੀਬਿਲਿਟੀ ਆਫ ਮਿਊਨਸੀਪਲ ਕਮੇਟੀ। ਮਿਊਨਸੀਪਲ ਕਮੇਟੀ ਦੀ ਕੀ ਰਿਸਪੋਂਸੀਬਿਲਿਟੀ ਨੇ ਦੱਸਣਾ ਆਪਾਂ ਨੇ। ਇਹ ਮੈਂ ਤੁਹਾਨੂੰ ਪਹਿਲਾਂ ਵੀ ਦੱਸੀ ਸੀ ਇੱਕ ਗੱਲ, ਹੁਣ ਵੀ ਦੁਬਾਰਾ ਵੀ ਦੱਸ ਰਿਹਾ। ਇਹਦੇ ਕੋਲ 18 ਸਬਜੈਕਟ ਹੁੰਦੇ ਨੇ,
ਇਹ ਆਰਟੀਕਲ ਨੰਬਰ 40 ਦੇ ਵਿੱਚ ਵੀ ਆਉਂਦਾ ਜਿਹਨੂੰ ਅਸੀਂ ਡੀਪੀਐਸਪੀ ਕਹਿੰਦੇ ਹਾਂ। ਇਹ 74th ਅਮੈਂਡਮੈਂਟ ਹੋਇਆ, ਹੁਣ ਵੀ ਦੱਸ ਚੁੱਕੇ ਹੋਈ ਵਾਰ ਦੱਸ ਰਹੇ ਹਾਂ, 1992 ਦੇ ਵਿੱਚ ਉਦੋਂ ਬਣਿਆ ਸੀ। ਬਲਵੰਤ ਰਾਏ ਕਮੇਟੀ ਸੀ, ਉਹ ਗੱਲ ਥੋੜ੍ਹੀ ਜਿਹੀ ਐਡਵਾਂਸ ਹੋ ਜੂਗੀ। ਕਮੇਟੀ ਦਾ ਨਾਮ ਵੀ ਉੱਠਣ ਲੱਗ ਗਿਆ, ਕਿਹੜੀ ਕਮੇਟੀ ਦਾ ਨਾਮ ਬਣਿਆ? ਬਲਵੰਤ ਰਾਏ ਕਮੇਟੀ। ਠੀਕ ਹੈ ਜੀ, 11ਵਾਂ ਤੇ 12ਵਾਂ ਦਾ, 11ਵਾਂ ਪਹਿਲਾਂ ਪੰਚਾਇਤੀ ਰਾਜ ਆਉਂਦਾ, 12ਵਾਂ ਹੁੰਦਾ ਮਿਊਨਸੀਪਲ ਕਮੇਟੀ ਨੂੰ। 10ਵਾਂ ਐਂਟੀ ਡਿਫੈਕਸ਼ਨ ਲਾਅ ਆਉਂਦਾ, 9ਵਾਂ ਕਿਹੜਾ ਸੀ? 8ਵਾਂ ਦਾ ਵੈਲੀਡੇਟ ਕਰਨਾ ਹੈ। 8ਵਾਂ ਸੀਗਾ ਲੈਂਗੁਏਜ ਵਾਲਾ, 8ਵਾਂ ਕੀ ਸੀ? ਲੈਂਗੁਏਜ। 7ਵਾਂ ਕੀ ਹੋਊਗਾ ਦੇਖੋ, 7ਵਾਂ ਪਾਵਰ ਸ਼ੇਅਰਿੰਗ ਦਾ। ਪਾਵਰ ਸ਼ੇਅਰਿੰਗ ਦੇ ਵਿੱਚ ਲਿਸਟਾਂ ਆਉਂਦੀਆਂ ਨੇ, ਕਿਹੜੀਆਂ ਲਿਸਟਾਂ ਆਉਂਦੀਆਂ ਨੇ? ਤਿੰਨ ਲਿਸਟਾਂ ਆਉਂਦੀਆਂ ਨੇ। ਯੂਨੀਅਨ ਲਿਸਟ ਦਾ ਕੀ ਕੰਮ ਹੈ? ਯੂਨੀਅਨ ਜਿਹੜੀ ਸੈਂਟਰ ਗਵਰਨਮੈਂਟ ਹੈ ਉਹ ਆਪ ਉਹਦੇ ਮੁੱਦੇ ਬਣਾਉਂਦੀ ਹੈ ਜਿਹੜੇ ਵੀ ਉਹਦੇ ਹੱਕ 'ਚ ਆਉਂਦੇ ਨੇ। ਸਟੇਟ ਲਿਸਟ ਦਾ ਕੀ ਕੰਮ ਹੈ? ਸਟੇਟ ਗਵਰਨਮੈਂਟ ਬਣਾਉਂਦੀ ਹੈ। ਕੰਕਰੀਟ ਲਿਸਟ ਦਾ ਕੰਮ ਹੈ ਦੋਨੋਂ ਜੁੜ ਕੇ ਇੱਕ ਕਿਸੇ ਕੰਮ ਦੇ ਉੱਤੇ ਦੋਨੋਂ ਫੈਸਲਾ ਲੈ ਸਕਦੇ, ਇਹਨੂੰ ਕੰਕਰੀਟ ਲਿਸਟ ਕਹਿੰਦੇ ਨੇ। ਠੀਕ ਹੈ, ਸਮਝ ਆਈ ਗੱਲ? ਉਸ ਤੋਂ ਬਾਅਦ ਵਾਲਾ 7ਵੇਂ ਤੋਂ ਬਾਅਦ ਕਿਹੜਾ ਸੀ? 6ਵਾਂ ਕਿਹੜਾ ਸੀ? ਉਹ ਨਾਰਥ ਈਸਟਰਨ, ਜਿਹੜੇ ਚਿਕਨ ਨੈਕ ਦੱਸਿਆ ਸੀ ਕੱਲ, ਕਾਫੀ ਡਿਟੇਲ ਦੱਸਿਆ ਸੀ, ਸਾਈਬਰ ਸਿਸਟਰ ਬਾਰੇ ਚਰਚਾ ਕਰੀ ਸੀ ਉਹ। 5ਵਾਂ SCST ਕਮਿਊਨਿਟੀ ਵਾਸਤੇ ਦੱਸਿਆ ਸੀਗਾ। 4ਵਾਂ ਸੀਟਸ ਨੇ ਰਾਜ ਸਭਾ ਦੀਆਂ ਕਿਵੇਂ ਵੈਲਿਡ ਕੀਤੀ ਜਾਣਗੀਆਂ। 3ਜਾ ਸੌਂ ਚੱਕੂਗਾ ਉਹ, ਤੇ ਉਹਦਾ ਮੈਨੂੰ ਪ੍ਰੀ ਰੀਜ਼ਨ ਸੀਗਾ ਸੌਂ ਚੱਕਣਾ, ਮੈਂ ਦੱਸੀ ਵਿੱਚ ਕੁਛ ਸੌਂ। 2ਜਾ ਜਿਹੜੇ ਵੱਡੇ ਵੱਡੇ ਅਹੁਦੇ ਨੇ ਉਹਨਾਂ ਦੀ ਅਲਾਉਂਸ ਸੈਲਰੀ, ਪਹਿਲਾਂ ਸਟੇਟ ਦੇ ਯੂਨੀਅਨ ਬਾਰੇ ਲਿਸਟ ਬਾਰੇ ਬਣਾਈ ਹੋਈ ਉਹਦੇ 'ਚ। ਸਿਟੀਜ਼ਨਸ਼ਿਪ ਕਿੱਧਰ ਭੱਜ ਗਿਆ? ਜਿਹੜੇ ਪਾਰਟ ਦੇ ਵਿੱਚ ਨੇ ਸ਼ਡਿਊਲ ਵੀ ਤਾਂ ਵੰਡੇ ਹੋਏ ਨੇ, ਪਹਿਲੇ ਪਾਰਟ ਦੇ ਵਿੱਚ ਸਿਟੀਜ਼ਨਸ਼ਿਪ ਦੀ ਅਪਾਉਂਟ ਹੋ ਜਾਂਦੀ ਹੈ। ਠੀਕ ਹੈ, ਕਿਉਂਕਿ ਜਿਹੜਾ ਦੂਸਰਾ ਪਾਰਟ ਹੈ ਨਾ, ਜਿਹੜਾ ਦੂਸਰਾ ਪਾਰਟ ਹੈ ਸੈਲਰੀ ਵਾਲਾ, ਸੈਲਰੀ ਦਿੰਦੇ ਨੇ ਜਿਹਦੇ ਵਿੱਚ ਨਾ। ਅੱਛਾ, ਜਿਹੜੀ ਸਿਟੀਜ਼ਨਸ਼ਿਪ ਦਿੰਦਾ ਉਹਨੂੰ ਕੌਣ ਦਿੰਦਾ? ਕਿਹੜਾ ਮੰਤਰਾਲਾ ਦਿੰਦਾ? ਹੋਮ ਮਿਨਿਸਟਰੀ। ਹੋਮ ਮਿਨਿਸਟਰੀ ਵੀ ਅੰਡਰ ਆਉਂਦੀ ਹੈ ਸਿਟੀਜ਼ਨਸ਼ਿਪ। ਸ਼ੈਡਿਊਲ ਆਰ ਮਿਨਿਸਟ ਐਂਡ ਪਾਰਟਸ ਆਲਸੋ ਮਿਨਿਸਟਰ। ਅਗਲਾ ਪਾਰਟ ਹੈ, ਅਸੀਂ ਕੁਛ ਅਮੈਂਡਮੈਂਟ ਕਰਾਂਗੇ ਜਿਹੜੀਆਂ ਮੋਸਟ ਇੰਪੋਰਟੈਂਟ ਪੁੱਛੀ ਜਾਂਦੀਆਂ ਨੇ, ਜਿਵੇਂ ਆਹ ਅਮੈਂਡਮੈਂਟ ਪੁੱਛੇ ਹੋਊ ਤੇ 3ਵੇਂ ਅਮੈਂਡਮੈਂਟ ਦਾ ਮਤਲਬ ਕੀ ਹੈ? ਅਮੈਂਡਮੈਂਟ ਇਹ ਨੰਬਰ ਦਾ ਮਤਲਬ ਇਹ ਹੈ ਕਿ ਇਹ 73 ਨੰਬਰ ਦੇ ਆਏ ਸੁੱਚੇ ਚੇਂਜਸ ਕਰਨਾ। ਐਮ ਕਰਕੇ ਚਲੋ ਚੇਂਜ ਕਰਦੇ ਰਹੇ, ਜਦੋਂ 73ਵਾਂ ਨੰਬਰ ਆਇਆ ਉਹਨੂੰ 73 ਨੰਬਰ ਦਿੱਤਾ ਗਿਆ, ਵੀ ਸੰਵਿਧਾਨ ਦੇ ਵਿੱਚ 73ਵੇਂ ਨੰਬਰ 'ਤੇ ਆਹ ਚੇਂਜ ਕਰਿਆ ਗਿਆ। ਸਾਲ ਪੁੱਛਿਆ ਜਾਊਗਾ ਤੇ ਨੰਬਰ ਪੁੱਛਿਆ ਜਾਊਗਾ। ਪੁੱਛੂਗਾ ਹਾਂਜੀ 86ਵੀਂ ਅਮੈਂਡਮੈਂਟ ਕਦੋਂ ਹੋਈ? ਪੁੱਛੂਗਾ ਹਾਂਜੀ 1992 ਦੇ ਵਿੱਚ ਅਮੈਂਡਮੈਂਟ ਹੋਈ ਇਸ ਨਾਮ ਦੀ, ਦੱਸੋ ਕਿਸ ਰਿਲੇਟਡ ਸੀ? ਆਪਾਂ ਨੂੰ ਉਸਨੂੰ ਡਿਟੇਲ 'ਚ ਐਂ ਪੜ੍ਹਨਾ ਪਊਗਾ ਵੀ ਇਸ ਨੰਬਰ ਦੀ ਅਮੈਂਡਮੈਂਟ ਉਦੋਂ ਹੋਈ। ਆਪਾਂ ਨੂੰ ਸਾਰੇ ਥੋੜ੍ਹੀ ਪੜ੍ਹਨੇ ਨੇ ਜਿੰਨੀਆਂ ਹੋਈਆਂ ਨੇ, ਆਪਾਂ ਨੇ ਵੈਸੇ ਮੋਸਟ ਇੰਪੋਰਟੈਂਟ 10-15 ਕਰੇ ਉਹ ਪੜ੍ਹਨੇ ਨੇ, ਦੈਟਸ ਓਕੇ। ਉਹਨਾਂ ਦੇ ਕੁਸ਼ਚਨ ਹਰ ਵਾਰ ਰਿਪੀਟ ਹੁੰਦਾ। ਠੀਕ ਹੈ, ਜਿਵੇਂ ਮੈਂ ਪੁੱਛਦਾ ਵਿੱਚ ਦੱਸ ਵੀ ਰਿਹਾ, 86 ਅਮੈਂਡਮੈਂਟ ਆ ਗਏ ਸੀ 2002 ਦੇ ਵਿੱਚ, 6 ਤੋਂ ਲੈ ਕੇ 14 ਸਾਲ ਤੱਕ ਦੇ ਬੱਚਿਆਂ ਨੂੰ ਫਰੀ ਆਫ ਕੋਸਟ ਐਜੂਕੇਸ਼ਨ ਵਾਲਾ। 21A ਦਾ ਆਇਆ ਸੀ, ਫਿਰ
300 ਏ ਆਇਆ ਸੀ ਚੀਜ਼ਾਂ ਤਾਂ ਆਈਆਂ ਨਹੀਂ ਮੈਂ ਦੱਸਦਾ ਪਈ ਹਾਂ ਚਲੋ ਕੁਛ ਅਮੈਂਡਮੈਂਟ ਕਰਦੇ ਹਾਂ ਅਮੈਂਡਮੈਂਟ ਤਾਂ ਹੈ ਤਾਂ ਬਹੁਤ ਹੋ ਰਹੀ ਹੁਣ ਤੱਕ ਤਾਂ 200 ਦੇ ਲਗਭਗ ਹੋ ਗਈਆਂ ਉਸ ਤੋਂ ਬਾਅਦ ਆਏ ਤੇ ਜੀਐਸਟੀ ਹੈਡਿੰਗ ਆ ਉਹ ਤੁਸੀਂ ਚਾਹ ਜੀਗੇ ਨਾ 102 ਹੋਈ ਸੀ 103 ਹੋਈ ਸੀ ਜਿਹੜੀ ਉਹ ਖਤਮ ਕਰੀ ਸੀ ਉਹਨਾਂ ਦੀ ਚਲੀਏ ਕੁਐਸਚਨ ਪੁੱਛਦੇ ਪਹਿਲਾਂ ਉਸ ਅਮੈਂਡਮੈਂਟ ਦੇ ਇੰਪੋਰਟੈਂਟ ਅਮੈਂਡਮੈਂਟ ਆਫ ਕੰਸਟੀਟਿਊਸ਼ਨ ਪਹਿਲੀ ਵਾਰ ਜਿਹੜੀ ਅਮੈਂਡਮੈਂਟ ਹੋਈ ਫਸਟ ਕੰਸਟੀਟਿਊਸ਼ਨ ਅਮੈਂਡਮੈਂਟ ਇਹ ਕੁਐਸਚਨ ਜ਼ਿਆਦਾ ਪੁੱਛਿਆ ਜਾਂਦਾ ਕਿਉਂਕਿ ਕਦੋਂ ਹੋਈ 1951 ਦੇ ਵਿੱਚ ਪਹਿਲੀ ਵਾਰ ਕਿਹੜਾ ਟੌਪਿਕ ਲਿਆ ਗਿਆ ਜਿਹਨੂੰ ਬਦਲਾਅ ਕੀਤਾ ਜਾਵੇ ਪਹਿਲੀ ਵਾਰ ਜਿਹੜਾ ਟੌਪਿਕ ਲਿਆ ਗਿਆ ਸੀ ਇਹਦੇ ਵਿੱਚ ਆਰਟੀਕਲ 15 ਦਾ 4ਵੇਂ ਹਿੱਸਾ ਆਰਟੀਕਲ 15 ਦਾ 4ਵਾਂ ਹਿੱਸਾ ਐਡ ਕੀਤਾ ਗਿਆ 15 ਦਾ ਪਤਾ ਨਾ ਕੀ ਹੈ 15 ਰੰਗ ਹਾਂ ਤੂੰ ਦੱਸਿਆ ਸੀ ਤੇਰੀ ਯਾਦ ਬਾਕੀ ਨਹੀਂ ਪਤਾ ਰੰਗ ਦੇ ਹਿਸਾਬ ਦੇ ਨਾਲ ਰੰਗਾਂ ਦੇ ਹਿਸਾਬ ਦੇ ਨਾਲ ਰਿਲੀਜ਼ਨ ਦੇ ਹਿਸਾਬ ਦੇ ਨਾਲ ਰੇਸ ਦੇ ਹਿਸਾਬ ਦੇ ਨਾਲ ਕਿਸੇ ਨੂੰ ਡਿਸਕ੍ਰਿਮੀਨੇਸ਼ਨ ਨਹੀਂ ਕਰ ਸਕਦੇ 15ਵਾਂ ਪਹਿਲਾਂ ਮੈਂਸ਼ਨ ਕਰ ਦਿੱਤਾ ਸੀ ਉਹਦੇ ਵਿੱਚ ਪਰ ਨਵੀਂ ਚੀਜ਼ ਉਹ ਐਡ ਹੋਈ ਹੈ ਇਹਨੂੰ ਸਬ ਪਾਰਟ ਕਹਿੰਦੇ ਨੇ ਪਾਰਟ ਦਾ ਹਿੱਸਾ ਸਬ ਪਾਰਟ 15 ਦਾ 4ਵਾਂ ਹਿੱਸਾ ਐਡ ਕੀਤਾ ਗਿਆ ਆਰਟੀਕਲ ਲਿਖ ਲਓਗੇ ਪੰਦਰਾਂ ਦਾ 6ਵਾਂ ਹਿੱਸਾ ਐਡ ਕੀਤਾ ਗਿਆ ਹਾਂਜੀ ਐਂਡ ਬਰਾਊਟ ਟੂ ਚੇਂਜ ਇਨ ਦਾ ਰਾਈਟ ਟੂ ਪ੍ਰਾਈਵੇਟ ਪ੍ਰੋਪਰਟੀ right to private property ਇਹ ਜੇ ਪ੍ਰਾਈਵੇਟ ਪ੍ਰਾਪਰਟੀ ਲੈਂਦੀ ਗਈ ਇਨ ਦੀ ਪ੍ਰੈਜ਼ੈਂਸ ਵਿਦ ਦਾ ਡਿਸੀਜਨ ਆਫ ਸੁਪਰੀਮ ਕੋਰਟ ਸੁਪਰੀਮ ਕੋਰਟ ਨੇ ਡਿਸੀਜਨ ਦਿੱਤਾ ਸੀ ਪ੍ਰਾਈਵੇਟ ਪ੍ਰਾਪਰਟੀ ਨੂੰ ਲਿਆਂਦਾ ਜਾਊਗਾ ਵੈਸੇ ਆਰਟੀਕਲ ਨੰਬਰ 31 ਸੀਗਾ ਇੱਕ 31 ਆਰਟੀਕਲ ਨੰਬਰ ਸੀਗਾ ਜਿਹੜਾ ਆਰਟੀਕਲ ਨੰਬਰ 31 ਫੰਡਾਮੈਂਟਲ ਰਾਈਟ ਦਾ ਉੱਥੇ ਨੂੰ ਖਤਮ ਕਰ ਦਿੱਤਾ ਗਿਆ 300 A ਲਿਆਂਦਾ ਗਿਆ ਇੱਥੇ ਪ੍ਰੈਜ਼ੈਂਸ PURSUANCE ਪ੍ਰੈਜ਼ੈਂਸ ਆਰਟੀਕਲ ਨੰਬਰ
31 ਨੂੰ ਇਨਕੋਨਸਟੀਟਿਊਸ਼ਨ ਮੰਨ ਲਿਆ ਗਿਆ, ਆਰਟੀਕਲ ਨੰਬਰ 300A ਐਡ ਕਰ ਦਿੱਤਾ ਗਿਆ ਜੀ ਜਗ੍ਹਾ ਤੇ, ਉਹ ਹੀ ਸੀਗੀ ਪ੍ਰਾਈਵੇਟ ਪ੍ਰੋਪਰਟੀ ਦੀ ਗੱਲ। ਇਹ ਕਿਉਂ ਹੋਇਆ, ਇਹਦੇ ਵਿੱਚ ਇਹ ਕਾਰਨ ਕੀ ਸੀ? ਕੇਸ਼ਵ ਨੰਦਾ ਭਾਰਤੀ ਕੇਸ ਸੀ। ਕੀ ਕਾਰਨ ਸੀ? ਕੇਸ਼ਵ ਨੰਦਾ ਭਾਰਤੀ ਕੇਸ। ਇਹ ਬਾਬਾ ਜਾ ਸੀ ਇੱਕ, ਉਹਨੇ ਕੀ ਕਰਖਿਆ ਸੀ, ਕੁਛ ਪ੍ਰੋਪਰਟੀ ਨਾ ਦੱਬਰ ਕੀਤੀ ਕਿਸੇ ਦੀ, ਪਤਾ ਨਹੀਂ ਜਿਵੇਂ ਕੀ ਪ੍ਰੋਸੀਜਰ ਸੀਗਾ। ਉਹਦਾ ਕਹਿੰਦਾ ਜੀ ਮੇਰੀ ਆਪਣੀ ਸੀਗੀ, ਉਹ ਕੋਈ ਸਸਤਾ ਚਲਾਉਂਦਾ ਸੀਗਾ ਡੇਰਾ ਡੂਰਾ। ਉਹ ਕੇਸ ਹੋ ਗਿਆ ਇਹਦੇ ਉੱਤੇ, ਵੀ ਜੀ ਮੇਰਾ ਹੱਕ ਹੈ ਇਹਦੇ ਉੱਤੇ, ਕਹਿੰਦਾ ਮਾਲਕਾਨਾ। ਫਿਰ ਉਹ ਮਾਲਕਾਨਾ ਕਹਿੰਦਾ ਜੀ ਮੇਰਾ ਫੰਡਾਮੈਂਟਲ ਰਾਈਟ ਬਣਦਾ ਇਹ, ਵੀ ਮੇਰੀ ਪ੍ਰੋਪਰਟੀ ਮੇਰੀ ਹੈ, ਕੋਈ ਹੋਰ ਇਹਨੂੰ ਉਹ ਨਹੀਂ ਕਰ ਸਕਦਾ। ਉਸ ਤੋਂ ਬਾਅਦ ਸਾਰਾ ਉਸ ਕੇਸ ਸੁਣਿਆ ਗਿਆ, 31 ਨੂੰ ਕਟਵਾ ਦਿੱਤਾ ਬੰਦੇ ਨੇ, ਆਰਟੀਕਲ ਨੰਬਰ 31 ਕੱਟ ਦਿੱਤਾ ਗਿਆ 300A, ਇਹ ਨਹੀਂ ਪਾਵਰ 'ਚ ਕੱਟ ਦਿੱਤਾ ਗਿਆ ਕਿਉਂਕਿ ਸੈੱਟ ਨਹੀਂ ਬੈਠਦੀ ਸੀ ਗੱਲ ਉਹਦੇ ਹਿਸਾਬ ਨਾਲ। ਫਿਰ 300A ਨਵਾਂ ਬਣਾਇਆ ਗਿਆ, ਪ੍ਰਾਈਵੇਟ ਪ੍ਰੋਪਰਟੀ ਨੂੰ ਫੰਡਾਮੈਂਟਲ ਰਾਈਟ ਖਤਮ ਕਰ ਦਿੱਤਾ ਗਿਆ। ਫੰਡਾਮੈਂਟਲ ਰਾਈਟ ਚੱਲ ਰਿਹਾ ਸੀ ਨਾ, ਇਹ ਲੀਗਲ ਰਾਈਟ ਬਣਾਤਾ ਹੈ। ਕੀ ਬਣਾਇਆ ਗਿਆ? ਇਹ ਲੀਗਲ ਰਾਈਟ। ਸਰ ਇਹ ਇਹੀ ਸੀ 1950 'ਚ, ਪਹਿਲੀ ਵਾਰ ਇਹੀ ਹੋਇਆ। ਇਹ ਹੋਇਆ ਕੇਸ ਮਤਲਬ ਚੇਂਜਸ ਇੱਥੇ ਹੋ ਜਾਣ ਗੇ। ਕੇਸ ਤਾਂ ਬਹੁਤ ਪੁਰਾਣਾ ਸੀਗਾ ਇਹ, ਇਹਨੂੰ ਪਹਿਲਾਂ ਪ੍ਰੋਪਰਟੀ ਰਾਈਟ ਬਣ, ਇਹ ਪਹਿਲਾਂ ਪ੍ਰੋਪਰਟੀ ਰਾਈਟ ਸਾਡਾ ਫੰਡਾਮੈਂਟਲ ਰਾਈਟ ਸੀ, ਪ੍ਰੋਪਰਟੀ ਰਾਈਟ ਨੂੰ ਖਤਮ ਕਰ ਦਿੱਤਾ ਗਿਆ। ਪ੍ਰੋਪਰਟੀ ਰਾਈਟ ਫੰਡਾਮੈਂਟਲ ਰਾਈਟ ਸੀ, ਇਹਨੂੰ ਖਤਮ ਕਰ ਦਿੱਤਾ ਗਿਆ, ਇਹਨੂੰ ਲੀਗਲ ਰਾਈਟ ਬਣਾ ਦਿੱਤਾ ਗਿਆ। ਇਸ ਤੋਂ ਬਾਅਦ ਇਹਦੇ ਵਿੱਚ ਇੱਕ ਹੋਰ ਚੇਂਜ ਕੀਤਾ ਗਿਆ, 9th ਸ਼ਡਿਊਲ ਸੀਗਾ ਜਿਹੜਾ ਐਡ ਕੀਤਾ ਗਿਆ। ਪਹਿਲਾਂ ਸਾਡੇ ਕੋਲ ਸਟਾਰਟਿੰਗ ਦੇ ਵਿੱਚ ਸ਼ਡਿਊਲ ਦੀ ਸੰਖਿਆ ਸਟਾਰਟਿੰਗ ਦੇ ਵਿੱਚ ਅਸੀਂ 8 ਸੀ, ਹੁਣ ਕਿੰਨੀ ਹੈ? 12। ਕਿੰਨੀ ਹੈ? 12। 12 ਕਰਾਏ ਨੇ ਮੈਂ ਟੋਟਲ। ਇਹ ਜਦੋਂ ਇਹ ਚੀਜ਼ ਐਡ ਕੀਤੀ ਗਈ, ਫਿਰ 9ਵਾਂ ਕੌਨਸਟੀਟਿਊਸ਼ਨ ਅਮੈਂਡਮੈਂਟ ਸ਼ਡਿਊਲ ਐਡ ਕੀਤਾ ਗਿਆ। ਹੁਣ ਦੇਖੋ ਪਹਿਲਾਂ 8 ਸੀਗੇ, 9 ਬਣ ਗਏ, ਹਲੇ ਫਸਟ ਅਮੈਂਡਮੈਂਟ ਚ ਗੱਲਾਂ ਹੋਈਆਂ ਨੇ। ਅੱਗੇ ਚੱਲਦੇ ਹਾਂ ਥੋੜਾ ਜਿਹਾ ਹੋਰ, ਬਸ ਇੰਨਾ ਕੁ ਯਾਦ ਕਰਨਾ ਆਪਾਂ ਨੇ, ਬੜਾ ਤਾਂ ਨਹੀਂ ਹੈਗਾ, ਥੋੜਾ ਜਿਹਾ ਹੀ ਹੈ। ਅੱਗੇ ਚੱਲਦੇ ਆਪਾਂ ਨੇ 7th ਕੌਨਸਟੀਟਿਊਸ਼ਨ ਅਮੈਂਡਮੈਂਟ। ਸੱਤਵਾਂ ਜਿਹੜਾ ਕੌਨਸਟੀਟਿਊਸ਼ਨ ਚੇਂਜਸ ਆਏ, ਸੱਤਵੇਂ ਸੀਰੀਜ਼ ਤੇ ਆਇਆ, ਵਿਚਾਰਿਆ ਪੂਰਾ ਦੇਖੇ। ਸੱਤਵੇਂ ਦੇ ਵਿੱਚ ਕੀ ਹੈ? ਸੱਤਵਾਂ ਦੇਖੋ ਆਪਾਂ ਸਾਰਾ ਨਹੀਂ ਕਰ ਸਕਦੇ, ਨਾ ਹੀ ਆਪਣੇ ਬੱਸ ਕਰਨਾ ਹੈਗੀਆਂ, ਆਪਾਂ ਜੁਡੀਸ਼ਰੀ ਦੇ ਪੇਪਰ ਦੇਣਾ, ਆਪਾਂ ਬਸ ਮੇਨ ਮੇਨ ਕਰ ਲੈਂਦੇ, ਬਸ ਪ੍ਰੈਕਟੀਕਲ ਸਮਝਣ ਦੀ ਕੋਸ਼ਿਸ਼ ਕਰੋ ਹੁੰਦੀਆਂ ਕਿਵੇਂ ਚੀਜ਼ਾਂ ਹੋਈਆਂ ਕਿਵੇਂ ਨਹੀਂ। ਆਪਾਂ ਨੇ ਜਦੋਂ ਆਰਟੀਕਲ ਪੜ੍ਹੇ ਸੀਗੇ ਫੰਡਾਮੈਂਟਲ ਰਾਈਟ ਦੇ, 12 ਤੋਂ ਲੈ ਕੇ 35 ਤੱਕ ਪੜ੍ਹੇ ਨੇ, ਮੈਂ ਸਿਰਫ 31 ਪੜ੍ਹਾਇਆ,
ਨਹੀਂ ਪੜ੍ਹਾਇਆ, ਲਿਖੇ ਹੀ ਨਹੀਂ ਮੈਂ, ਲਿਖਿਆ ਨਹੀਂ ਹੈਗਾ ਮੈਂ ਇਕੱਤੀ, ਉਹਦੇ ਵਿੱਚ ਕਾਰ ਸੀ ਹੈ ਹੀ ਨਹੀਂ, ਉਹ ਖਤਮ ਹੋ ਗਿਆ, ਉਹਨੂੰ 300A ਬਣਾ ਦਿੱਤਾ ਗਿਆ। ਪਹਿਲਾਂ ਸਾਡੇ ਕੋਲ 7 ਫੰਡਾਮੈਂਟ ਰਾਈਟ ਹੁੰਦੇ ਸੀ, ਇੱਕ ਆਹੀ ਕੱਟਿਆ ਗਿਆ ਸੀ ਪ੍ਰੋਪਰਟੀ ਦਾ ਰਾਈਟ, ਹੁਣ 6 ਨੇ, ਕਿੰਨੇ ਨੇ ਹੁਣ 6। ਮੈਂ ਇਕੱਲਾ ਇਕੱਲਾ ਯਾਦ ਵੀ ਕਰਾਇਆ ਡਿਸਕ੍ਰਿਮੀਨੇਸ਼ਨ ਵਾਲਾ ਉਹ ਵਾਲਾ, ਠੀਕ ਹੈ। ਚਲੋ ਜੀ, 7ਵੇਂ ਦੀ ਗੱਲ ਕਰਦੇ ਹਾਂ। ਇਸ ਦੇ ਵਿੱਚ ਕੀ ਕਰਿਆ ਸੀ, ਇੰਪਲੀਮੈਂਟੇਸ਼ਨ ਆਫ ਸਟੇਟ ਸਟੇਟ ਰੀਆਰਗਨਾਈਜੇਸ਼ਨ, ਆਰਗਨਾਈਜੇਸ਼ਨ ਦਾ ਮਤਲਬ ਹੁੰਦਾ ਸੰਸਥਾ ਬਣਾਉਣਾ, ਰਹੀ ਦਾ ਮਤਲਬ ਦੁਬਾਰੇ ਫਿਰ ਉਹਦੇ ਵਿੱਚ ਕੋਈ ਚੀਜ਼ ਐਡ ਕਰ ਦੇਣੀ। ਸਟੇਟ ਇਹ ਕੰਮ ਕਰ ਸਕਦੀ ਸੀ। ਚਲੋ ਅੱਗੇ ਦੇਖਦੇ ਹਾਂ, ਹਲੇ ਥੋੜ੍ਹਾ ਡਿਟੇਲ ਜੋ ਪੜੋਗੇ। ਰਾਜ ਸਭਾ ਹੋ ਗਏ, ਜਿਵੇਂ ਸਟੇਟ ਲੈਜਿਸਲੇਟਿਵ ਅਸੈਂਬਲੀ ਹੋ ਗਿਆ, ਜਿਹੜੀਆਂ ਇਹਦੇ ਸੀਟ ਸੀਗੀਆਂ ਨਾ, ਸੀਟ ਨੂੰ ਰੀਆਰਗਨਾਈਜ਼ ਕੀਤਾ ਜਾ ਸਕਦਾ। ਕਿਵੇਂ? ਮੰਨ ਕੇ ਚਲੋ ਕਿ ਪਹਿਲਾਂ ਨਾ ਲੋਕਾਂ ਦੀ ਸੰਖਿਆ ਜ਼ਿਆਦਾ ਹੁੰਦੀ ਸੀ, ਵੋਟਰ ਘੱਟ ਸੀ, ਹੁਣ ਨੰਬਰ ਆਫ ਵੋਟਰ ਜ਼ਿਆਦਾ ਵੱਧ ਗਏ, ਨੰਬਰ ਆਫ ਵੋਟਰ ਜ਼ਿਆਦਾ ਵੱਧ ਗਏ। ਜਦੋਂ ਐਗਜ਼ਾਮਪਲ ਇੱਕ ਸੋਚ ਲਓ ਆਪਣੇ ਵਾਲੀ ਐਗਜ਼ਾਮਪਲ, ਪਹਿਲਾਂ ਨਾ ਸੰਗਰੂਰ ਡਿਸਟ੍ਰਿਕਟ ਇੱਕ ਹੁੰਦਾ ਸੀਗਾ, ਉਹਦੇ 'ਚ ਮਲੇਰਕੋਟਲਾ ਮਤਲਬ ਕਿ ਵਿੱਚ ਸੀ, ਉਹਦੇ ਵਿੱਚ ਹੁਣ ਸੰਗਰੂਰ ਅਲੱਗ ਕਰ ਦਿੱਤਾ, ਮਲੇਰਕੋਟਲਾ ਇੱਕ ਨਵਾਂ ਡਿਸਟ੍ਰਿਕਟ ਬਣਾ ਲਿਆ, 23ਵਾਂ ਡਿਸਟ੍ਰਿਕਟ ਹੈ, ਉਹਦੇ 'ਚ ਕੱਟਿਆ ਗਿਆ ਨਾ ਉਹ। ਤਾਂ ਜਿਹੜਾ ਸਟੇਟ ਸੀਗਾ, ਜਿਹੜਾ ਉਹ ਰੀਆਰਗਨਾਈਜੇਸ਼ਨ ਕਰਾਇਆ ਗਿਆ, ਮਤਲਬ ਉਹਦੇ ਵਿੱਚ ਕੁਛ ਕੱਟ ਕੇ ਨਵਾਂ ਚੀਜ਼ ਬਣਾਈ ਗਈ, ਜਾਂ ਪਹਿਲਾਂ ਜਿਹੜੀ ਰਾਜ ਸਭਾ ਦੀ ਸੀਟ ਸੀ ਉਹਦਾ ਦਾਇਰਾ ਘੱਟ ਸੀ, ਉੱਥੇ ਨੰਬਰ ਆਫ ਕੈਂਡੀਡੇਟ ਘੱਟ ਸੀ, ਅੱਜ ਨੰਬਰ ਆਫ ਕੈਂਡੀਡੇਟ ਜ਼ਿਆਦਾ ਹੋ ਗਏ, ਉਹਨੂੰ ਵਧਾਇਆ ਜਾਂ ਘਟਾਇਆ ਜਾ ਸਕਦਾ। ਇਹ ਸੀਟ ਐਲੋਕੇਸ਼ਨ ਦੀ ਗੱਲ ਹੈ, ਇਹਨੂੰ ਵੀ ਘੱਟ ਜਾਂ ਵੱਧ ਕੀਤਾ ਜਾ ਸਕਦਾ, ਠੀਕ ਹੈ। ਜਿਵੇਂ ਐਗਜ਼ਾਮਪਲ ਲਓ ਕਿ ਜਿਹੜਾ ਸਭ ਤੋਂ ਜ਼ਿਆਦਾ ਜਿਹੜੀਆਂ MP ਦੀਆਂ ਸੀਟਾਂ ਨੇਗੀਆਂ ਉਹ UP 'ਚ ਨੇ, UP 'ਚ 80 ਸੀਟਾਂ ਨੇ, ਕਿੰਨੀਆਂ ਸੀਟਾਂ ਨੇ 80। ਇਹਦਾ ਮਤਲਬ ਇਹ ਹੈ ਕਿ ਉੱਥੇ ਲੋਕ ਜ਼ਿਆਦਾ ਨੇ, ਪਾਪੂਲੇਸ਼ਨ ਜ਼ਿਆਦਾ ਹੈ, ਪਾਪੂਲੇਸ਼ਨ ਜ਼ਿਆਦਾ ਹੋਣ ਦੇ ਨਾਲ ਉੱਥੇ ਨੰਬਰ ਆਫ ਰੀਪ੍ਰਜੈਂਟੇਟਿਵ ਜ਼ਿਆਦਾ ਹੋਣਗੇ, MP 'ਚ MLA ਸੀਟਾਂ ਵੀ ਜ਼ਿਆਦਾ ਹੋਣਗੀਆਂ। ਜੇਕਰ ਅਸੀਂ ਇਹ ਨਵਾਂ ਸਟੇਟ ਬਣਾਉਣਾ ਹੈ ਜਾਂ ਸਟੇਟ ਦੇ ਵਿੱਚ ਚੇਂਜਸ ਕਰ ਰਹੇ ਹਾਂ, ਡਿਸਟ੍ਰਿਕਟ ਚੇਂਜ ਕਰਨਾ, ਡਿਸਟ੍ਰਿਕਟ ਨਵਾਂ ਬਣਾਉਣਾ, ਉਹ ਅਸੀਂ ਕਰ ਸਕਦੇ ਹਾਂ। ਇਹ ਇੱਥੇ ਅਮੈਂਡਮੈਂਟ ਹੋਈ, 7th ਅਮੈਂਡਮੈਂਟ ਸੀ, ਕਦੋਂ ਹੋਈ? 1956 ਦੇ ਵਿੱਚ ਹੋਈ ਹੈ, 1956 'ਚ। ਇਹਦੇ ਵਿੱਚ ਇੱਕ ਹੋਰ ਗੱਲ ਕਹੀ ਗਈ, ਅਪੁਆਇੰਟਮੈਂਟ ਕੀਤੇ, ਅਪੁਆਇੰਟਮੈਂਟ ਆਫ ਹਾਈ ਕੋਰਟ ਦੇ ਜੱਜਸ ਨੇ, ਜਿਹੜੇ ਹਾਈ ਕੋਰਟ ਦੇ ਜੱਜਸ ਨੇ ਜਾਂ ਅਡੀਸ਼ਨਲ ਜੱਜਸ ਨੇ, ਜਿਹੜਾ ਹਾਈ ਕੋਰਟ ਦਾ ਜੱਜ ਹੈ ਤੇ ਅਡੀਸ਼ਨਲ ਜੱਜਸ ਨੇ, ਉਹਨਾਂ ਦਾ ਨਾ ਦਾਇਰਾ ਵਧਾਇਆ ਗਿਆ। ਇੱਕ ਮੈਂ ਆਰਟੀਕਲ ਕਰਾਇਆ ਸੀਗਾ, ਆਰਟੀਕਲ ਨੰਬਰ 50, ਕਿਸੇ ਨੂੰ ਯਾਦ ਹੋਵੇ ਇਹਨੂੰ ਥੱਲੇ ਕਰ ਯਾਰ, ਮੈਨੂੰ ਠੰਡ ਲੱਗੀ ਜਾਂਦੀ ਹੈ।
ਆਰਟੀਕਲ ਨੰਬਰ 50 ਕਿਸਨੇ ਲਈ ਸੀ, ਕਿਸੇ ਨੂੰ ਪਤਾ ਹੋਵੇ? ਆਰਟੀਕਲ ਨੰਬਰ 50, ਆਰਟੀਕਲ ਨੰਬਰ 50 ਦੇ ਵਿੱਚ ਇਹ ਸੀਗਾ ਕਿ ਐਗਜ਼ੀਕਿਊਟਿਵ ਹੈ ਜਿਹੜੀ ਅਤੇ ਜੁਡੀਸ਼ਰੀ ਹੈ, ਇਹ ਦੋਨੋਂ ਅਲੱਗ ਅਲੱਗ ਕੰਮ ਕਰਨਗੀਆਂ, ਇਹ ਇਕੱਠੀਆਂ ਨਹੀਂ ਹੋ ਸਕਦੀਆਂ। ਇਹ ਆਰਟੀਕਲ ਨੰਬਰ 50 ਦੀ ਗੱਲ ਸੀ। ਇੱਥੇ ਵੀ ਜੇਕਰ ਆਪਾਂ ਨੇ ਹਾਈ ਕੋਰਟ ਦੇ ਜੱਜਸ ਨੇ ਜਿਹੜੇ ਐਡੀਸ਼ਨਲ ਜੱਜਸ ਨੇ ਉਹਨਾਂ ਨੇ ਦਾਇਰਾ ਵਧਾਉਣਾ ਹੈ ਤਾਂ ਅਸੀਂ ਕੰਸਟੀਟਿਊਸ਼ਨ ਅਮੈਂਡਮੈਂਟ ਕਰਾ ਲਈ ਸੁਕਰ ਕੀ ਹੋ ਗਿਆ ਜਾ ਸਕਦੇ ਕੋਈ ਗੱਲ ਨਹੀਂ, ਕਈ ਵਾਰੀ ਕੋਈ ਪ੍ਰੋਬਲਮ ਹੁੰਦੀ ਜਾ ਸਕਦਾ ਆਪਾਂ ਮਨ ਨੂੰ ਰੱਖ ਸਕਦੇ ਸੀ। ਅੱਗੇ ਆ ਜਾਇਆ ਟੈਂਥ ਅਮੈਂਡਮੈਂਟ, ਦਸਵਾਂ ਸੰਸ਼ੋਧਨ ਕੀਤਾ ਗਿਆ 1961 ਦੇ ਵਿੱਚ, 1961 ਦੀ ਗੱਲ ਹੈ। ਇਨਕੋਰਪੋਰੇਟ ਕੀਤੇ ਗਏ ਦਾਦਰ ਐਂਡ ਨਗਰ ਹਵੇਲੀ, ਦਾਦਰ ਦੇ ਨਗਰ ਹਵੇਲੀ ਨੂੰ ਇਨਕੋਰਪੋਰੇਟ ਕੀਤਾ ਗਿਆ, ਯੂਟੀ ਬਣਾਈ ਗਈ, ਯੂਟੀ ਇਹਦੇ ਵਾਸਤੇ ਨਵਾਂ ਚੇਂਜ ਕਰਨਾ ਪਿਆ। ਬਾਰਵੇਂ ਤੇ ਚਰਚਾ ਕਰ ਲੈਂਦੇ ਹਾਂ, ਬਾਰਵਾਂ ਅਮੈਂਡਮੈਂਟ ਸੀਗਾ ਜਿਹੜਾ 1962 ਦੇ ਵਿੱਚ ਹੋਇਆ, ਇਸ ਦੇ ਵਿੱਚ ਕੀ ਸੀ, ਗੋਆ ਦਮਨ ਐਂਡ ਦਿਊ ਟੈਰੀਟਰੀ ਬਣਾਏ ਗਏ। ਗੋਆ ਦਮਨ ਐਂਡ ਦਿਊ, ਇਹ ਸਾਨੂੰ ਪਤਾ ਕਿੱਥੋਂ ਕਿੱਥੋਂ ਮਤਲਬ ਕਿ ਦੇਸ ਨੇ ਉਹ ਕਰਾਇਆ ਸੀ, ਆਜ਼ਾਦ ਕਰਾਇਆ, ਪੁਰਤਗਾਲੀ ਦਾ ਟਾਈਮ ਦੇਖੋ। ਸਭ ਤੋਂ ਪਹਿਲਾਂ ਵੱਡੀ ਗੱਲ ਇਹ ਹੈ ਕਿ ਸਭ ਤੋਂ ਪਹਿਲਾਂ ਆਏ, ਸਭ ਤੋਂ ਲਾਸਟ 'ਚ ਗਏ, ਉਹਨਾਂ ਤੋਂ ਆਜ਼ਾਦ ਕਰਾਇਆ ਸੀ ਇਹਨਾਂ ਨੂੰ, ਫਿਰ ਨਵੇਂ ਯੂਟੀ 'ਚ ਐਡ ਕਰਾਇਆ ਗਿਆ, ਸਾਡੇ ਦੇਸ਼ ਦੇ ਹਿੱਸਾ ਹੈ, ਹਾਲੇ ਵੀ ਕਬਜ਼ੇ 'ਚ ਸੀਗੇ, ਦੇਸ਼ ਆਜ਼ਾਦ ਹੋਣ ਇੰਨਾ ਟਾਈਮ ਹੋ ਗਿਆ ਸੀ। ਇਹਦੇ ਵਾਸਤੇ ਇੱਕ ਮਿਸ਼ਨ ਤਿਆਰ ਕੀਤਾ ਗਿਆ, ਮਿਸ਼ਨ ਦਾ ਨਾਮ ਸੰਸ਼ੋਧਨ ਕੀਤਾ ਗਿਆ 71 ਚ ਤਾਂ ਅਫਗਾਨਿਸਤਾਨ ਵਾਲਾ ਬੰਗਲਾਦੇਸ਼ ਸੀ, ਬੰਗਲਾਦੇਸ਼ ਨੂੰ ਕਰਾਇਆ ਸੀ ਯਾਦ, ਜਦੋਂ ਲੜਾਈ ਹੋਈ ਸੀਗੀ, ਜਦੋਂ ਐਮਰਜੈਂਸੀ ਆ ਸੀ ਇਹਦਾ, ਨਾ ਇੱਕ ਉਹ ਸੀਗਾ ਇਹਦਾ ਮਿਸ਼ਨ ਸੀਗਾ ਨਾਮ, ਮਿਸ਼ਨ ਦਾ ਨਾਮ ਤਾਂ ਹੈਗਾ ਤਾਂ ਆਜ਼ਾਦੀ ਦੇ ਨਾਮ ਤੇ ਸੀ, ਦਿਮਾਗ ਚੋਂ ਨਿਕਲ ਗਿਆ। ਇਹ ਕੁਐਸਚਨ ਪੁੱਛਿਆ ਗਿਆ ਕਿ ਜਿਹੜੇ ਜਿਹੜੇ ਮਿਸ਼ਨ ਦੇ ਥਰੂ ਇਹਨੂੰ ਆਜ਼ਾਦ ਕਰਾਇਆ, ਮਿਸ਼ਨ ਦਾ ਨਾਮ ਦੱਸੋ। ਇੰਡੀਅਨ ਆਰਮੀ ਨੇ, ਏਅਰਫੋਰਸ ਨੇ ਮਿਸ਼ਨ ਕਰਾਇਆ, ਉਸ ਤੋਂ ਬਾਅਦ ਇਹਨੂੰ ਆਜ਼ਾਦ ਕਰਵਾਇਆ।
ਇਹਦੇ ਵਿੱਚ ਨਾ 371 ਨੰਬਰ ਆਰਟੀਕਲ ਨੂੰ ਐਡ ਕੀਤਾ ਗਿਆ 371 ਏ ਇਨਸਰਟ ਕੀਤਾ ਗਿਆ ਇਨਸਰਸ਼ਨ ਆਫ ਆਰਟੀਕਲ 371 ਏ ਜਿਹਦੇ ਵਿੱਚ ਕੀ ਲਿਖਿਆ ਗਿਆ ਇਹਦੇ ਵਿੱਚ ਲਿਖਿਆ ਗਿਆ ਨਾ ਸਪੈਸ਼ਲ ਪ੍ਰੋਵੀਜ਼ਨ ਆਫ ਐਡਮਿਨਿਸਟ੍ਰੇਸ਼ਨ ਸਪੈਸ਼ਲ ਪ੍ਰੋਵੀਜ਼ਨ ਐਂਡ ਐਡਮਿਨਿਸਟ੍ਰੇਸ਼ਨ ਆਫ ਨਾਗਾਲੈਂਡ ਨਾਗਾਲੈਂਡ ਜਿਹੜਾ ਸਟੇਟ ਹੈ ਉਹਦੇ ਵਾਸਤੇ ਸਪੈਸ਼ਲ ਪ੍ਰੋਵੀਜ਼ਨ ਬਣਾਇਆ ਗਿਆ ਜਿਵੇਂ ਤੁਹਾਨੂੰ ਪਤਾ ਜੰਮੂ ਕਸ਼ਮੀਰ ਵਾਸਤੇ ਸਪੈਸ਼ਲ ਪ੍ਰੋਵੀਜ਼ਨ ਹੈ ਬਾਕੀ ਸਾਰੇ ਸਟੇਟ ਦੇ ਵਿੱਚ ਜਿਹੜੀ ਸਰਕਾਰ ਬਣਦੀ ਸੀ ਨਾ ਉਹ 5 ਸਾਲ ਵਾਸਤੇ ਸੀ ਪਰ ਇੱਥੇ ਸਰਕਾਰ ਨਾ 6 ਸਾਲ ਵਾਸਤੇ ਬਣਦੀ ਸੀ ਜੰਮੂ ਕਸ਼ਮੀਰ 'ਚ ਉਦੋਂ ਉਹ ਆਰਟੀਕਲ ਆਉਂਦਾ ਮੈਂ ਤਾਂ ਖਤਮ ਹੋ ਗਿਆ ਨਾ 35A 36A ਸੀ ਜਿਹੜਾ ਅੱਗੇ ਅਪਰੇਸ਼ਨ ਵੀਜ਼ੇ ਹਾਂ ਵੀਜ਼ੇ ਵੀਜ਼ੇ ਅਪਰੇਸ਼ਨ ਵੀਜ਼ੇ ਵੀਜ਼ੇ ਦਾ ਜਿੱਤ ਇਹ ਲਾਸਟ ਪੁਰਤਗਾਲ ਦੀ ਕਲੋਨੀ ਸੀ ਫਰਾਂਸਿਸ ਲੋਕ ਵੀ ਇੱਥੇ ਰਹਿੰਦੇ ਸੀ ਫਰਾਂਸ ਦੀ ਫਰਾਂਸ ਤੋਂ ਯਾਦ ਕਰਾਇਆ ਸੀ ਫਰਾਂਸਿਸ ਤੋਂ ਨਾਗਾਲੈਂਡ ਜਿਹੜੀ ਲੈਂਗੁਏਜ ਜਿਹੜਾ ਨਾਗਾਲੈਂਡ ਸਟੇਟ ਹੈ ਨਾ ਇਹਦੀ ਆਫੀਸ਼ੀਅਲ ਲੈਂਗੁਏਜ ਕਿਹੜੀ ਹੈ ਇੰਗਲਿਸ਼ ਹੈ ਤੇ ਕੁਛ ਟੀਵੀ ਪੁੱਛਿਆ ਗਿਆ ਸਮਝਾਈ ਗੱਲ ਬਹੁਤ ਹੈ ਕਨਫਿਊਜ਼ ਹੋ ਗਈ ਨਾਗਾਲੈਂਡ ਨੂੰ ਸਪੈਸ਼ਲ ਪ੍ਰੋਵੀਜ਼ਨ ਦਿੱਤਾ ਗਿਆ ਨਾਗਾਲੈਂਡ ਦੇ ਵਿੱਚ ਨਾ ਕਈ ਕਈ ਮਹੀਨੇ ਉਹ ਆਰਮੀ ਲੱਗੀ ਰਹਿੰਦੀ ਹੈ ਕੀ ਕਹਿੰਦੇ ਉਹਨੂੰ ਐਕਟ ਲੱਗਾ ਰਹਿੰਦਾ ਉਹ ਕਿਉਂਕਿ ਇਹ ਜਿਹੜਾ ਏਰੀਆ ਹੈ ਇਹ ਉਹਦੇ ਨਾਲ ਜ਼ਿਆਦਾ ਲੱਗਦਾ ਚਾਈਨਾ ਨਾਲ ਸਾਡੇ ਅਟੈਕ ਕਿਸੇ ਵਕਤ ਨਾ ਹੋ ਜਾਏ ਤਾਂ ਕਰਕੇ ਬਚਾਇਆ ਜਾ ਸਕਦਾ ਹੈ ਚਲੀ ਦੈਟਸ ਇਟ ਇੰਗਲਿਸ਼ ਕਰਦੇ ਹਾਂ ਸਿਧਾਂਤ ਵਾਲਾ ਕੰਮ ਜਿਹਾ ਖਤਮ ਕਰਨ ਤੋਂ ਬਾਅਦ ਫਿਰ ਅਸੀਂ ਚਰਚਾ ਕਰਾਂਗੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਠੀਕ ਹੈ ਉਹਨਾਂ ਦੇ ਉੱਤੇ ਪ੍ਰੋਨਾਊਨ ਸੀਗਾ ਜਿਹੜਾ ਉਹਦੇ ਜਿਹੜੀਆਂ ਮੇਨ ਮੇਨ ਚੀਜ਼ਾਂ ਸੀ ਮੈਂ ਕੱਲ੍ਹ ਖਤਮ ਕਰ ਲਈਆਂ ਜਿਹੜੀਆਂ ਜ਼ਿਆਦਾ ਪੁੱਛੀ ਜਾਂਦੀਆਂ ਨੇ ਹੁਣ ਮੈਂ ਟੈਸਟ ਲੈ ਰਿਹਾ ਇੱਕ ਪੁੱਛ ਰਿਹਾ ਇੱਥੇ ਵੀ ਟੈਸਟ ਦਾ ਕੀ ਲੈ ਰਿਹਾ ਮੈਂ ਪੁੱਛ ਲੈਂਦਾ ਸੈਂਟੈਂਸ ਲਿਖਿਆ ਹੋਇਆ
Neither of them is or are poor. Neither Ram nor his friends are or is dancing. ਕਿਹੜਾ ਵਾਲਾ ਸਹੀ ਆਂਸਰ? ਨਾਈਦਰ ਆਫ ਦੈਮ ਇਸ ਜਾਂ ਆਰ ਪੂਅਰ? ਇਸ ਆਈਦਰ ਰਾਮ ਨੋਰ ਹਿਸ ਫਰੈਂਡਸ ਆਰ ਇਹ ਫਰੈਂਡ ਹੁੰਦਾ ਇਸ ਚਲੋ ਸ਼ਾਮ ਐਸ ਵੈਲ ਐਸ his friends was or were playing. ਸ਼ਾਮ ਦੇ ਨਾਲ ਨਾਲ ਸ਼ਾਮ ਦੀ ਗੱਲ ਪਹਿਲਾਂ ਹੋਈ ਹੈ. ਹਾਂਜੀ ਚਾਰ ਸ਼ਬਦ ਸੀਗੇ ਕਿਹੜੇ ਨੇ ਪਹਿਲਾਂ ਦੱਸੋ. ਡੈਮੋਸਟ੍ਰੇਟਿਵ ਪ੍ਰੋਨਾਉਨ ਜਿਸ ਕਾਹਦੇ ਵਾਸਤੇ ਹੁੰਦਾ ਹੈ ਇਹ ਯਾਦ ਹੈ ਕਿ ਇੱਕ ਹੈ ਇਹ ਦੋਨੋਂ ਕੀ ਨੇ? ਸਿੰਗੁਲਰ ਨੇ. ਆ ਦੋਨੇ ਆਹਾ ਨੀਅਰ ਵਾਸਤੇ ਹੈ ਆਹਾ ਫਾਰ ਵਾਸਤੇ ਹੈ. ਇੱਕ ਫਾਰ ਇੱਕ ਤਾਂ ਇਹ ਸਭ ਹੁੰਦਾ ਫਰਦਰ ਇੱਕ ਹੁੰਦਾ ਫਰਦਰ ਐਫ ਯੂ ਆਰ ਟੀ ਐਚ ਆਰ ਜਿਹੜਾ ਐਫ ਏ ਆਰ ਹੁੰਦਾ ਇਹ ਦੂਰੀ ਚ ਦੂਰ ਹੁੰਦਾ ਜਿਹੜਾ ਐਫ ਯੂ ਆਰ ਹੁੰਦਾ ਨਾ ਇਹ ਪਲੈਨਿੰਗ ਚ ਦੂਰ ਹੁੰਦਾ ਜਿਵੇਂ ਆਪਾਂ ਫਰਦਰ ਸਟੈਪ ਲਵਾਂਗੇ ਅਗਲਾ ਸਟੈਪ ਪਲੈਨਿੰਗ ਦਾ ਫਾਰ ਨਹੀਂ ਕਹਿ ਸਕਦੇ ਆਪਾਂ ਦੂਰੀ ਵਾਲਾ ਸਟੈਪ ਥੋੜ੍ਹੀ ਦੂਰ ਲਵਾਂਗੇ. ਫਰਦਰ ਸਟੈਪ ਦਾ ਮਤਲਬ ਕੀ ਹੁੰਦਾ ਪਲੈਨਿੰਗ ਵਾਲਾ ਅਗਲਾ ਸਟੈਪ ਫਰਦਰ ਸਟੈਪ ਕੀ ਅਗਲਾ ਆਪਾਂ ਮਤਲਬ ਕਿ ਸ਼ੁਰੂ ਕਰਨ ਤੋਂ ਬਾਅਦ ਅਗਲਾ ਟੋਪਿਕ ਸਟਾਰਟ ਕਰਾਂਗੇ ਫਰਦਰ. ਇਹ ਗੱਲ ਧਿਆਨ ਚ ਰੱਖੀ ਜਾਵੇ ਉੱਥੇ ਐਫ ਏ ਆਰ ਵੀ ਲਿਖਿਆ ਹੁੰਦਾ ਹੈ ਐਫ ਯੂ ਆਰ ਵੀ ਲਿਖਿਆ ਹੁੰਦਾ ਹੈ. ਐਫ ਯੂ ਆਰ ਦੂਰੀ ਵਾਲਾ ਦੂਰ ਨਹੀਂ ਹੈ ਪਲੈਨਿੰਗ ਵਾਲਾ ਦੂਰ ਹੈ ਇਮੈਜੀਨੇਸ਼ਨ ਹੈ ਇਹ ਕਲਪਨਾ ਹੈ ਅੱਗੇ ਵਧਣ ਵਾਲਾ ਸਟੈਪ ਹੈ ਇਹ ਸਟੈਪ ਵਾਈਜ਼ ਹੈ ਇਹ ਦੂਰੀ 'ਚ ਦੂਰ ਹੈ ਤਾਂ ਇਹਦੇ ਐਫ ਏ ਆਰ ਲਿਖਿਆ ਹੁੰਦਾ ਹੈ ਐਫ ਏ ਆਰ ਆਰ ਵਾਲਾ ਬੀਸ ਦੇ ਦੋ ਦੇ ਵਿੱਚ ਦੱਸੋ ਚਾਲੀ ਦੱਸੋ ਮੈਂ ਅੱਗੇ ਵਧਣਾ ਹੈ ਇਹ ਜ਼ਿਆਦਾ ਵਾਸਤੇ ਹੁੰਦਾ ਹੈ ਇਹ ਇੱਕ ਕਰਾਇਆ ਸੀਗਾ ਬੌਧ ਤੇ ਬੱਟ ਵਾਲਾ ਬੱਟ ਕਿਸ ਨੂੰ ਰੀਪ੍ਰੈਜੈਂਟ ਕਰਦਾ ਹੈ? ਕੰਟਰਾਡਿਕਸ਼ਨ ਸ਼ੋ ਕਰਦਾ ਹੈ. ਕੰਟਰਾਡਿਕਸ਼ਨ ਹੁੰਦਾ ਕੀ ਹੈ? ਜਲਦੀ ਦੱਸੋ ਬੱਟ ਦੇ ਨਾਲ ਕਿਹਦਾ ਰਿਲੇਸ਼ਨ ਹੁੰਦਾ ਹੈ? ਬੱਟ ਦੇ ਨਾਲ ਕਿਹੜਾ ਕੰਜੈਕਸ਼ਨ ਲੱਗਿਆ ਹੁੰਦਾ ਹੈ?
ਐਂਡ ਪੜਨਾ ਕੀ ਅੱਗੇ ਹੁੰਦਾ ਹੈ ਸਬੋਧ ਨਾਲ ਸਬੋਧ ਉਹ ਸੌਰੀ ਬੋਧ ਨਾਲ ਬੋਧ ਨਾਲ ਕੀ ਅੱਗੇ ਹੁੰਦਾ ਹੈ ਐਂਡ ਬਟ ਦਾ ਬਟ ਕੀ ਕੰਟਰਡਿਕਟ ਹੈ ਕੰਟਰਡਿਕਟ ਦਾ ਮਤਲਬ ਕਿ ਜੇਕਰ ਇੱਥੇ ਪੋਜ਼ਿਟਿਵ ਸਟੇਟਮੈਂਟ ਹੈ ਤਾਂ ਨੈਗੇਟਿਵ ਬੋਲੋ ਨਾ ਉਹਨੂੰ ਜਿੱਦਾਂ ਨੈਗੇਟਿਵ ਹੈ ਤਾਂ ਪੋਜ਼ਿਟਿਵ ਕੰਟਰਡਿਕਟ ਸ਼ੋ ਕਰਦਾ ਹੈ ਉਹ ਇਮਾਨਦਾਰ ਹੈ ਪਰ ਉਹ ਇੰਟੈਲੀਜੈਂਟ ਹੈ ਉਹ ਇੰਟੈਲੀਜੈਂਟ ਹੈ ਪਰ ਉਹ ਬੇਈਮਾਨ ਹੈ ਕੰਟਰਡਿਕਟ ਹੋ ਰਹੀ ਗੱਲ ਚਲੋ ਇੱਕ ਸ਼ਬਦ ਹੋਰ ਦੱਸ ਰਿਹਾ ਨਵਾਂ ਇਹਦਾ ਕੱਲ੍ਹ ਮੈਂ ਰਿਵੀਜ਼ਨ ਕਰ ਇੱਕ ਹੋਰ ਲੈ ਗਿਆ ਸੀਗਾ ਹੋਰ ਕੀ ਸੀ ਇਹ ਤਾਂ ਹੋ ਗਿਆ ਹੋਰ ਰਿਲੇਟਿਵ ਪ੍ਰੋਨਾਉਨ ਦੇ ਵਿੱਚ ਤਿੰਨ ਸ਼ਬਦਾਂ ਨੂੰ ਯੂਜ਼ ਕੀਤਾ ਸੀ ਹੂ ਹੂਨ ਵਿੱਚ ਤੇ ਦੈਟ ਇਹ ਸੀਗਾ ਜਿਹੜਾ ਇਹ ਪਰਸਨ ਲਈ ਹੈ ਹਿਊਮੈਨਿਟੀ ਯੂਜ਼ ਹੁੰਦਾ ਅਕਸਰ ਪਰਸਨ ਦਾ ਮਤਲਬ ਕੱਲਾ ਇਹ ਨਹੀਂ ਹੁੰਦਾ ਕਿ ਕੱਲਾ ਮੇਲ ਹੈ ਇਹ ਗੱਲ ਦਿਮਾਗ ਦੇ ਵਿੱਚ ਨਿਕਾਲ ਲਓ ਪਰਸਨ ਦਾ ਮਤਲਬ ਉਹਦੇ ਵਿੱਚ ਮੇਲ ਤੇ ਫੀਮੇਲ ਦੋਨਾਂ ਦੀ ਇਕੁਐਲਿਟੀ ਵੈਲਿਊ ਇਕੁਅਲ ਵੈਲਿਊ ਹੁੰਦੀ ਹੈ ਵਿੱਚ ਕਿਸੇ ਥਿੰਗ ਵਾਸਤੇ ਯੂਜ਼ ਕੀਤਾ ਜਾਂਦਾ ਤੇ ਇੱਕ ਦਾ ਸਿਲੈਕਸ਼ਨ ਦਾ ਪ੍ਰੋਸੀਜਰ ਹੁੰਦਾ ਸਿਲੈਕਟ ਕਰਦਾ ਕਿਹੜੀ ਵਾਲੀ ਕੌਣ ਸੇ ਵਾਲੀ ਦੈਟ ਦਾ ਮਤਲਬ ਹੁੰਦਾ ਹੈ ਇਹ ਦੋਨੋਂ ਵਾਸਤੇ ਹੁੰਦਾ ਹੈ ਇਹ ਮੇ ਮਤਲਬ ਕਿ ਚਲੋ ਕਿ ਪਰਸਨ ਵਾਸਤੇ ਵੀ ਯੂਜ਼ ਹੋ ਸਕਦਾ ਹੈ ਇਹ ਥਿੰਗਸ ਵਾਸਤੇ ਵੀ ਯੂਜ਼ ਹੋ ਸਕਦਾ ਹੈ ਇਹ ਦੋਨੋਂ ਵਾਸਤੇ ਸਹੀ ਹੈ ਇੱਥੇ ਕੋਈ ਦਿੱਕਤ ਨਹੀਂ ਹੈ ਪਰ ਦੈਟ ਹੈ ਜਿਹੜਾ ਪਾਸਟ ਹੈ ਦਿਸਦਾ ਇਹ ਗੱਲ ਦੱਸੀ ਵੀ ਸੀ ਪਹਿਲਾਂ ਐਗਜ਼ਾਮਪਲ ਇਹ ਸੀ ਕੱਲ੍ਹ ਜਿਹੜੀ ਛੱਡੀ ਸੀ ਬਾਅਦ ਦੇ ਵਿੱਚ ਇੱਕ ਡਾਊਟ ਆਇਆ ਸੀ ਲਿਖਿਆ ਸੀਗਾ ਸੈਂਟੈਂਸ ਉਹਨੂੰ ਦੁਬਾਰਾ ਚਰਚਾ ਕਰਦੇ ਹਾਂ ਦਿਸ ਇਜ਼ ਦਾ ਪੈਨ ਇਹੀ ਸੀਗਾ ਦੈਟ ਔਰ ਵਿੱਚ ਆਈ ਪਰਚੇਸਡ ਲਾਸਟ ਈਅਰ ਦੂਸਰਾ ਸੈਂਟੈਂਸ ਇਹ ਕਿ she is the girl who comes first tisra they are the gentlemen who work hard ਦੇਖੀਏ ਦਿਸ ਇਜ਼ ਦਾ ਪੈਨ ਇਹ ਉਹ ਪੈਨ ਹੈ ਜਿਹੜਾ ਆਈ ਪਰਚੇਸ ਲਾਸਟ ਈਅਰ ਮੈਂ ਲਾਸਟ ਈਅਰ ਕੀਤੇ ਸੀ ਮੈਂ ਦੱਸਿਆ ਸੀਗਾ ਵਿੱਚ ਸਿਲੈਕਸ਼ਨ ਵਾਸਤੇ ਯੂਜ਼ ਦਾ ਥਿੰਗਸ ਵਾਸਤੇ ਯੂਜ਼ ਹੁੰਦਾ ਤੇ ਵਿੱਚ ਸਹੀ ਹੈ ਕੋਈ ਦਿੱਕਤ ਨਹੀਂ ਦੈਟ ਲਿਖਿਆ ਸੀਗਾ ਪਰਸਨ ਵਾਸਤੇ ਥਿੰਗਸ ਵਾਸਤੇ ਦੋਨੋਂ ਵਾਸਤੇ ਯੂਜ਼ ਹੁੰਦਾ ਦੈਟ ਵੀ ਸਹੀ ਹੈ ਇਹਦੇ ਵਿੱਚ ਦੋਨੋਂ ਸਹੀ ਹੈ ਦੋਨੋਂ 'ਚ ਕੋਈ ਪ੍ਰੋਬਲਮ ਨਹੀਂ ਹੈ ਪਰ ਦੈਟ ਇੱਥੇ ਤਾਂ ਨੋਰਮਲ ਚੱਲ ਰਹੀ ਹੈ ਚੀਜ਼ ਪੈਨ ਹੈ ਕੋਈ ਇੱਕ ਚੀਜ਼ ਜਦੋਂ ਅਸੀਂ ਸੁਪਰ ਪਲਸ ਦਿਖਾਉਣਾ ਹੈ ਸੁਪਰਲੇਟਿਵ ਡਿਗਰੀ ਹੁੰਦੀ ਹੈ ਇੱਕ ਐਡਜੈਕਟਿਵ ਰੰਗ ਵਿੱਚ ਆਊਗੀ ਸੁਪਰਲੇਟਿਵ ਡਿਗਰੀ ਦਾ ਮਤਲਬ ਹੁੰਦਾ ਹੈ ਜਿਹੜੀ ਸਭ ਤੋਂ ਬੈਸਟ ਹੈ ਜਿਵੇਂ ਗੁੱਡ ਬੈਟਰ ਬੈਸਟ ਹੈ ਆਹ ਪੋਜ਼ਿਟਿਵ ਐਸਪੈਕਟ ਹੈ ਆਹ ਕੰਪੈਰੇਟਿਵ ਹੈ ਕੰਪੈਰੇਟਿਵ ਦਾ ਮਤਲਬ ਕੰਪੇਅਰ ਕਰ ਰਿਹਾ ਤੁਸੀਂ ਬੈਟਰ ਹੋ ਕਿਉਂਕਿ ਦੋ ਬੰਦਿਆਂ ਦੇ ਵਿੱਚ ਇੱਕ ਬੰਦਾ ਠੀਕ ਹੈ ਇਹ ਵਾਲਾ ਬੰਦਾ ਠੀਕ ਹੈ ਮਤਲਬ ਥੋੜ੍ਹਾ ਜਿਹਾ ਮਤਲਬ ਕਿ ਘੱਟ ਹੈ ਤੋਂ
ਕੰਪੇਅਰ ਕਰਨ ਵਾਸਤੇ ਦੀ ਕੰਪੈਰੀਟਿਵ ਡਿਗਰੀ ਯੂਜ਼ ਕਰਦੇ ਆ। ਇਹਦਾ ਕਿਸੇ ਨਾਲ ਕੋਈ ਕੰਪੈਰੀਟਿਵ ਨਹੀਂ ਹੈਗਾ, ਇਹ ਸੁਪਰਲੇਟਿਵ ਕਹਿੰਦੇ ਨੇ ਇਹਨੂੰ। ਇਹਦਾ ਕਿਸੇ ਨਾਲ ਕੋਈ ਕੰਪੈਰੀਜ਼ਨ ਨਹੀਂ, ਇਹ ਜ਼ਿਆਦੇ ਵਾਸਤੇ ਹੁੰਦਾ। ਜੇਕਰ ਆਪਾਂ ਕਿਸੇ ਨੂੰ ਕਹਦੇ ਕਿ ਉਹ ਬੈਸਟ ਹੈ, ਜ਼ਿਆਦਿਆਂ ਦੇ ਵਿੱਚੋਂ ਇੱਕ ਨੂੰ ਸਿਲੈਕਟ ਕੀਤਾ ਗਿਆ, ਉਹ ਸਭ ਤੋਂ ਬੈਸਟ ਹੈ, ਉਹਦਾ ਕਿਸੇ ਨਾਲ ਕੋਈ ਮੁਕਾਬਲਾ ਨਹੀਂ, ਯੂਨੀਕ ਹੈ ਉਹ। ਜਦੋਂ ਵੀ ਸਾਡੇ ਕੋਲ ਯੂਨੀਕਨੈਸ ਦੀ ਗੱਲ ਹੁੰਦੀ ਹੈ ਫਿਰ ਤਾਂ ਅਸੀਂ ਦੈਟ ਯੂਜ਼ ਕਰਦੇ ਹਾਂ। ਪਰ ਦੈਟ ਜੇਕਰ ਅਸੀਂ ਵਿੱਚ ਦੀ ਜਗ੍ਹਾ 'ਤੇ ਯੂਜ਼ ਕਰ ਰਹੇ ਤਾਂ ਵੀ ਗਲਤ ਨਹੀਂ ਹੈ, ਦੋਨੋਂ ਤਾਂ ਹੀ ਸਹੀ ਨੇ, ਕਿਉਂਕਿ ਇਹ ਵੀ ਥਿਕਸ ਵਾਸਤੇ ਯੂਜ਼ ਹੁੰਦਾ ਹੈ, ਆ ਵਿੱਚ ਹੈ ਸਿਲੈਕਸ਼ਨ ਵਾਸਤੇ ਯੂਜ਼ ਹੋਇਆ। ਠੀਕ ਹੈ ਸਰ, ਪਰ ਦੈਟ ਨਹੀਂ ਆਉਣਾ ਚਾਹੀਦਾ, ਕਿਉਂਕਿ ਤੁਸੀਂ ਕਿਹਾ ਸੀ ਸਰ, ਮਤਲਬ ਜੇ ਪਾਸਟ 'ਚ ਆਪਾਂ ਜਾਣਨੇ ਤਾਂ ਦੈਟ ਯੂਜ਼ ਕਰਾਂਗੇ। ਹਾਂ, ਉਹਦੇ ਵਾਸਤੇ ਸਹੀ ਹੈ। ਮੈਂ ਕਹਿੰਦਾ ਦਿਸ ਤਾਂ ਪਹਿਲੇ ਉਹ ਪਹਿਨਾ ਜਿਹੜਾ ਮੈਂ ਪਹਿਲਾਂ ਖਰੀਦਿਆ ਸੀ। ਮੈਂ ਵੀ ਕਹਿ ਸਕਦਾ ਇਹ ਉਹ ਪਹਿਨਾ ਜਿਹੜੇ ਵਾਲਾ, ਜਿਹੜੇ ਵਾਲਾ ਮਤਲਬ ਵਿੱਚ ਸਿਲੈਕਸ਼ਨ ਵਾਲਾ, ਕਿਸੇ 'ਚੋਂ ਸਿਲੈਕਟ ਕੀਤਾ ਗਿਆ ਤਾਂ ਉਹ ਵਾਲਾ ਪਹਿਨਾ ਜਿਹੜਾ ਵਿੱਚ ਸਿਲੈਕਟ ਕੀਤਾ ਗਿਆ ਸੀ। ਅਗਲਾ, ਸ਼ੀ ਇਜ਼ ਦ ਗਰਲ, ਇਹ ਉਹ ਕੁੜੀ ਹੈ ਹੂ ਜਿਹੜੀ ਪਹਿਲੇ ਨੰਬਰ 'ਤੇ ਆਈ ਹੈ। ਹੂ ਸ਼ਬਦ ਲਿਖਣਾ ਕੋਈ ਗਲਤ ਨਹੀਂ ਹੈ, ਠੀਕ ਹੈ, ਇਹਦੇ 'ਚ ਕੀ ਗੜਬੜ ਹੈ? ਵਿੱਚ ਲਿਖੋ ਤਾਂ ਕੀ ਗੜਬੜ ਹੈ? ਇਹ ਉਹ ਕੁੜੀ ਹੈ ਜਿਹੜੀ ਕੁੜੀ ਬਹੁਤ ਸਾਰੀਆਂ ਕੁੜੀਆਂ ਦੇ ਵਿੱਚੋਂ ਪਹਿਲੇ ਨੰਬਰ 'ਤੇ ਚੂਜ਼ ਕੀਤਾ ਗਿਆ ਇਹਨੂੰ, ਵਿੱਚ ਵੀ ਠੀਕ ਹੈ, ਕੋਈ ਗਲਤੀ ਨਹੀਂ ਇਸ ਦੇ ਸੈਂਟੈਂਸ ਦੇ ਵਿੱਚ। ਅੱਛਾ, ਦੇਅਰ ਦਾ ਜੈਂਟਲਮੈਨ, ਤੁਸੀਂ ਕਹੋਗੇ ਸਾਰੇ ਜ਼ਿਆਦਾ ਹੋ ਗਏ ਨਾ, ਕਿ ਇਕੱਲੀ ਸੀ ਗੱਲ ਇਹ, ਪੈਨ ਵੀ ਗੱਲਾਂ ਸੀ, ਮੈਂ ਜ਼ਿਆਦਾ ਇੱਕ ਜੈਂਟਲਮੈਨ ਲਿਖਿਆ। ਐਮ ਏ ਐਨ ਜ਼ਿਆਦਾ ਹੁੰਦਾ, ਪਲੂਰਲ ਹੁੰਦਾ, ਸਿੰਗੁਲਰ ਐਮ ਏ ਐਨ ਹੁੰਦਾ। ਇਹ ਉਹ ਵਾਲੇ ਜੈਂਟਲਮੈਨ ਨੇ, ਉਹ ਬੰਦੇ ਨੇ ਜਿਹੜੇ ਸਖ਼ਤ ਮਿਹਨਤ ਕਰਦੇ ਨੇ, ਐਨੀ ਕਿਹਾ ਵੀ ਜਿਹੜੇ ਬੰਦੇ ਸਖ਼ਤ ਮਿਹਨਤ ਕਰਦੇ ਨੇ, ਜਿਹੜੇ ਜ਼ਿਆਦਾ ਮੰਨ ਕੇ ਚਲੋ ਇਹ ਹੋ ਗਏ। ਆਹਾ ਜਿਹੜਾ ਹੁੰਦਾ, ਜਿਹੜਾ ਹੂ ਤੇ ਹੋਮ ਦੇ ਵਿੱਚ ਇਹੀ ਫਰਕ ਹੁੰਦਾ, ਇਹ ਸਬਜੈਕਟ ਨੂੰ ਰੀਪ੍ਰਜੈਂਟ ਕਰਦਾ, ਹੂਮ ਹੁੰਦਾ ਜਿਹੜਾ ਆਬਜੈਕਟ ਨੂੰ ਰੀਪ੍ਰਜੈਂਟ ਕਰਦਾ। ਹੁਣ ਆਬਜੈਕਟ ਤੇ ਸਬਜੈਕਟ ਵਾਲੀ ਗੱਲ ਨੂੰ ਸਮਝ ਨਹੀਂ ਆਈ ਹੋਣੀ, ਦੇਖੋ ਨਾ ਸਮਝੋ। ਪੰਜਾਬੀ 'ਚ ਲਿਖਿਆ ਮੈਂ ਸਕੂਲ ਜਾਂਦਾ ਹਾਂ, ਮੈਂ ਜਿਹੜਾ ਬੰਦਾ ਕੰਮ ਕਰਦਾ ਉਹ ਸਬਜੈਕਟ ਹੁੰਦਾ ਜਿਹੜਾ ਕੰਮ ਕਰਦਾ, ਮੈਂ ਕਿਤਾਬ ਲਿਖਦਾ ਹਾਂ, ਅਸੀਂ ਕਿਤਾਬ ਲਿਖਦੇ ਹਾਂ, ਕੰਮ ਕੌਣ ਕਰਦੇ ਨੇ? ਅਸੀਂ। ਪਰ ਇਹ ਸਬਜੈਕਟ ਹੈ, ਜੇ ਮੈਂ ਲਿਖਾਂ ਕਿਤਾਬ ਮੇਰੇ 'ਤੇ ਲਿਖੀ ਜਾ ਰਹੀ ਹੈ, ਕੰਮ ਕੀ ਹੋ ਰਿਹਾ? ਕਿਤਾਬ ਦਾ ਲਿਖਣ ਵਾਲਾ ਕੰਮ ਹੈ, ਸੋਰੀ ਵਰਬ ਕੀ ਹੈ ਲਿਖਣਾ, ਮੈਂ ਥੋੜ੍ਹੀ ਲਿਖਣਾ, ਮੇਰੇ ਉੱਤੇ ਲਿਖੀ ਜਾ ਰਹੀ ਹੈ, ਇਹ ਆਬਜੈਕਟਿਵ ਕਿਸ ਹੈ? ਵੈਸੇ ਤਾਂ ਆਬਜੈਕਟ ਦੋ ਤਰ੍ਹਾਂ ਦੇ ਹੁੰਦੇ ਨੇ, ਇੱਕ ਡਾਇਰੈਕਟ ਆਬਜੈਕਟ ਹੁੰਦਾ, ਇਨਡਾਇਰੈਕਟ ਆਬਜੈਕਟ ਹੁੰਦਾ। ਤੁਸੀਂ ਇਹਨਾਂ ਡਿਟੇਲ 'ਚ ਨਾ ਜਾਓ, ਤੁਸੀਂ ਇਸ ਗੱਲ ਨੂੰ ਸਮਝੋ, ਜਿਹੜਾ ਬੰਦਾ ਕੰਮ ਕਰਦਾ ਉਹ ਸਬਜੈਕਟ ਹੁੰਦਾ, ਜਿਸਦੇ ਉੱਤੇ ਕੰਮ ਹੁੰਦਾ ਉਹ ਆਬਜੈਕਟ ਹੁੰਦਾ। ਮੈਂ ਸਕੂਲ ਜਾਂਦਾ, ਸਕੂਲ ਮੈਂ ਜਾਂਦਾ, ਠੀਕ ਹੈ, ਕੰਮ ਕੀ ਹੋ ਰਿਹਾ? ਜਾਣਦਾ, ਕਿੱਥੇ ਜਾਣਾ? ਸਕੂਲ, ਸਕੂਲ ਆਬਜੈਕਟ ਹੈ ਉੱਥੇ, ਠੀਕ ਹੈ। ਆਬਜੈਕਟਿਵ ਕੇਸ ਅਤੇ ਸਬਜੈਕਟ ਕੇਸ ਦੇ ਵਿੱਚ ਇਹੀ ਫਰਕ ਹੁੰਦਾ, ਜਿਹੜਾ ਕੰਮ ਕਰਦਾ ਸਬਜੈਕਟ ਹੁੰਦਾ, ਜਿਸਦੇ ਉੱਤੇ ਕੰਮ ਹੁੰਦਾ ਉਹ ਆਬਜੈਕਟ ਹੁੰਦਾ। ਇੰਨੀ ਗੱਲ ਹੈ, ਬਾਹਲਾ ਡਿਟੇਲ 'ਚ ਅਸੀਂ ਤਾਂ ਨਹੀਂ ਜਾਂਦੇ, ਕਿਉਂਕਿ ਕਨਫਿਊਜ਼ ਹੋ ਜਾਊਗੇ, ਜਿਉਂ ਜਿਉਂ ਚੀਜ਼ਾਂ ਫਲੋ ਹੁੰਦੀ ਰਹਿਣਗੀਆਂ ਉਹ ਫਲੋ ਬਣਦਾ ਰਹੂਗਾ, ਇੱਕੋ ਦਮ ਇੱਕੋ ਦਿਨ 'ਚ ਕੁਛ ਨਹੀਂ ਸਿੱਖਿਆ ਜਾ ਸਕਦਾ। ਜਿਹੜਾ ਕੰਸੈਪਟ ਆ ਰਿਹਾ ਤੁਸੀਂ ਉਹਨੂੰ ਡਿਟੇਲ ਸਮਝੋ, ਜੇਕਰ ਉਹਦੇ ਰਿਲੇਟਡ ਕੋਈ ਸ਼ਬਦ ਆਉਂਦਾ, ਮੈਂ ਉਹ ਥੋੜ੍ਹਾ ਜਿਹਾ ਪੰਜਾਬੀ ਲਿਖਣ ਦੀ ਕੋਸ਼ਿਸ਼ ਕਰਦਾ ਕਿ ਥੋੜ੍ਹਾ ਹੋਰ ਡਿਟੇਲ 'ਚ ਸਮਝਿਆ ਜਾ ਸਕੇ। ਹੁਣ ਜਿਹੜਾ ਮੈਂ ਸ਼ਬਦ ਕਿਹਾ ਸੀਗਾ ਹੂ ਤੇ ਹੂਮ ਦੇ ਵਿੱਚ ਫਰਕ ਹੈ, ਜੇ ਤਾਂ ਉਹ ਕੰਮ ਸਬਜੈਕਟ ਕਰ ਰਿਹਾ, ਜੇ ਤਾਂ ਉਹ ਕੰਮ ਹੋ ਰਿਹਾ ਤਾਂ ਸਬਜੈਕਟ ਹੈ, ਤਾਂ ਲਾ ਦਿਓ ਹੂ। ਜੇਕਰ ਉਹਨਾਂ ਉੱਤੇ ਕੰਮ ਹੋ ਰਿਹਾ ਤਾਂ ਲਾ ਦਿਓ ਹੂਮ। ਹੁਣ ਦੇਖੋ, ਇਹ ਉਹ ਜੈਂਟਲਮੈਨ ਨੇ ਜਿਹੜੇ ਕੰਮ ਕਰਦੇ ਨੇ, ਤਾਂ ਕੰਮ ਕਰਦੇ ਨੇ, ਇਹ ਜੈਂਟਲਮੈਨ ਕੰਮ ਨਹੀਂ ਕਰ ਲੱਗ ਰਹੇ। ਇਟ ਮੀਨਸ ਸਬਜੈਕਟ ਨੇ ਤਾਂ ਹੂ ਆਏਗਾ, ਹੂਮ ਨਹੀਂ ਆਏਗਾ।
ਠੀਕ ਹੈ, ਐਨੀ ਕਲੈਰਿਟੀ ਤੁਹਾਡੇ ਦਿਮਾਗ 'ਚ ਕਲੀਅਰ ਹੋ ਗਈ ਹੋਣੀ, ਅੱਗੇ ਵੱਧਦੇ ਹਾਂ। ਹਾਂਜੀ ਪੁੱਛੀ ਪੁੱਛੀ ਜੈਮ ਦਾ ਯੂਰੇ, ਮਤਲਬ ਇਹ ਜੈਂਟਲਮੈਨ ਇਸ ਪ੍ਰੋਜੈਕਟ ਤੇ ਕੰਮ ਕਰ ਰਹੇ ਨੇ, ਫਿਰ ਕੀ ਹੁੰਦਾ ਜੀ? ਫਿਰ ਤਾਂ ਉਹਨਾਂ ਦਾ ਜੋ ਪ੍ਰੋਜੈਕਟ ਤੇ ਕੰਮ ਕਰ, ਹਾਂ ਫਿਰ ਉਹ ਮੰਨਦਾ ਕਿਉਂਕਿ ਉਹਨਾਂ ਦੇ ਉਹਦਾ ਕੰਮ ਕਰ ਰਹੇ ਨੇ ਨਾ। ਨਾ ਨਾ ਨਾ, ਕੰਮ ਤਾਂ ਉਹ ਜੈਂਟਲਮੈਨ ਕਰ ਰਹੇ ਨੇ ਨਾ, ਕਰ ਦਿਓ ਇਹਨਾਂ ਦੇ ਉੱਤੇ ਕੰਮ ਹੁੰਦਾ, ਇਹਨਾਂ ਦੇ ਉੱਤੇ ਕੰਮ ਹੁੰਦਾ, ਠੀਕ ਹੈ ਜੀ। ਫਿਰ ਉਹ ਮਾ ਸਕਦਾ ਸੀ, ਹੁਣ ਤੇ ਕੰਮ ਕਰਨ ਲੱਗ ਰਹੇ ਨੇ ਆਪ ਨਾ, ਸਮਝਾਈ ਗੱਲ। ਉਹ ਤੇ ਉਹ ਵਾਲੀ ਕੰਡੀਸ਼ਨ, ਜਦੋਂ ਪੈਸਿਵ ਐਕਟਿਵ ਦੇ ਵਿੱਚ ਆਏਗਾ ਉਦੋਂ ਹੂ ਤੇ ਹੋ ਜਾ ਚਾਹ ਕਰਾਇਆ ਜਾਂਦਾ ਸਕੂਲ ਦੇ ਵਿੱਚ, ਹੂ ਕਦੋਂ ਲਾਉਂਗੇ ਹੂਮ ਕਦੋਂ ਆਉਂਗੇ, ਫਿਰ ਉੱਥੇ ਬਣਾਇਆ ਜਾਂਦਾ ਬਾਏ ਹੂਮ, ਹੂ ਦਾ ਬਣਾ ਦਿਓ ਬਾਏ ਹੂਮ, ਉਹ ਤਾਂ ਹੀ ਬਣਾਇਆ ਜਾਂਦਾ ਵਿੱਚ ਕਾਰਨ ਹੁੰਦਾ ਕਿਉਂਕਿ ਉਹ ਓਬਜੈਕਟ ਬਣ ਜਾਂਦਾ ਸਬਜੈਕਟ, ਤਾਂ ਹੀ ਹੁੰਦਾ ਉਹ। ਇਹ ਤਾਂ ਗੱਲਾਂ ਵਾਲੀਆਂ ਗੱਲਾਂ ਸੀਗੀਆਂ, ਇਹਦੇ ਵਿੱਚ ਥੋੜ੍ਹੀ ਜਿਹੀ ਕਲੈਰੀਫਿਕੇਸ਼ਨ ਦੇਣੀ ਸੀ, ਮੈਂ ਹੋ ਗਿਆ, ਆ ਕੇ ਚੱਲਦੇ ਹਾਂ। ਹਾਂ ਇਹ ਮੈਂ ਦਿਮਾਗ 'ਚ ਪਹਿਲਾਂ ਵੀ ਸੀ, ਕੱਲ੍ਹ ਰਹਿ ਗਿਆ ਸੀਗਾ ਐਂਡ, ਜਿਹੜਾ ਐਂਡ ਸ਼ਬਦ ਹੈ ਨਾ, ਕੰਜੈਕਸ਼ਨ ਵੀ ਹੁੰਦਾ ਵੈਸੇ, ਇਹ ਐਂਡ ਕੰਜੈਕਸ਼ਨ ਹੈ, ਇਹਦਾ ਇੱਕ ਕੰਮ ਹੁੰਦਾ ਹੈ, ਇਹਨਾਂ ਪੈਰਲਿਜ਼ਮ ਨੂੰ ਸ਼ੋਅ ਕਰਦਾ ਹੈ। ਪੈਰਲਿਜ਼ਮ ਦਾ ਮਤਲਬ ਕੀ ਹੁੰਦਾ? ਪੈਰਲਿਜ਼ਮ ਦਾ ਮਤਲਬ ਹੁੰਦਾ ਹੈ ਜੇਕਰ ਇੱਕ ਚੀਜ਼ ਉੱਠ ਰਹੀ ਹੈ ਤਾਂ ਦੂਸਰੀ ਉੱਠ ਰਹੀ ਹੈ, ਜੇਕਰ ਇੱਕ ਚੀਜ਼ ਡਿਗਰੀ ਤਾਂ ਦੂਸਰੀ ਵੀ ਡਿਗਰੀ ਹੈ, ਇਹਨੂੰ ਪੈਰਲਿਜ਼ਮ ਦਾ ਐਕਟ ਕਹਿੰਦੇ ਨੇ। ਜੇਕਰ ਇਸ ਸਾਈਡ ਪੋਜ਼ਿਟਿਵ ਰਿਸਪੈਕਟ ਲਿਖਿਆ ਹੋਇਆ ਤਾਂ ਇੱਧਰ ਹੀ ਪੋਜ਼ਿਟਿਵ ਰਿਸਪੈਕਟ ਲਿਖਿਆ ਹੋਇਆ ਹੋਊਗਾ, ਜੇਕਰ ਇੱਧਰ ਨੈਗੇਟਿਵ ਰਿਸਪੈਕਟ ਲਿਖਿਆ ਹੋਇਆ ਤਾਂ ਇੱਧਰ ਵੀ ਨੈਗੇਟਿਵ ਰਿਸਪੈਕਟ ਲਿਖਿਆ ਹੋਊਗਾ, ਜੇਕਰ ਇਸ ਸਾਈਡ ਕੋਈ ਮੇਲ ਦਾ ਨਾਮ ਹੈ ਤਾਂ ਇੱਧਰ ਵੀ ਮੇਲ, ਜ਼ਰੂਰੀ ਨਹੀਂ ਹੈ ਮੇਲ ਹੋਵੇ, ਇੱਧਰ ਹਿਊਮਨ ਬੀਂਗ ਹੈ ਇੱਧਰ ਹਿਊਮਨ ਬੀਂਗ ਲਿਖਿਆ ਜਾਊਗਾ, ਇੱਧਰ ਐਨੀਮਲ ਹੈ ਇੱਧਰ ਐਨੀਮਲ, ਇਟ ਮੀਨਸ ਇਹ ਪੈਰਲਲ ਸ਼ੋ ਕਰਦਾ ਜਿਵੇਂ ਰਾਮ ਐਂਡ ਸ਼ਾਮ। ਪਰ ਇਹਦਾ ਇੱਕ ਕੰਮ ਹੋਰ ਵੀ ਹੁੰਦਾ, ਇਹਦਾ ਇੱਕ ਕੰਮ ਹੁੰਦਾ ਪਲੱਸ ਕਰਨਾ, ਜੋੜ ਦੇਣਾ, ਇਹ ਦੋ ਚੀਜ਼ਾਂ ਨੂੰ ਜੋੜ ਦਿੰਦਾ, ਜਿਵੇਂ ਰਾਮ ਐਂਡ ਸ਼ਾਮ ਇਜ਼ ਔਰ ਆਰ ਗੋਇੰਗ ਟੂ ਦ ਮਾਰਕੀਟ, ਰਾਮ ਦੇ ਸ਼ਾਮ ਲਿਖਿਆ ਵਿਚਾਰ ਲਿਖਿਆ ਹੋਇਆ, ਐਂਡ ਇਸ ਆਏਗਾ ਆਰ ਆਏਗਾ ਆਰ ਆਏਗਾ, ਕਿਉਂਕਿ ਜੋੜਨ ਦਾ ਕੰਮ ਕਰਦਾ, ਦੋ ਨੂੰ ਜ਼ਿਆਦਾ ਬਣਾਉਂਦਾ, ਇੱਕ ਕਰਕੇ ਜੋੜ ਕੇ ਦੋ ਬਣਾਉਂਦੇ। ਹੁਣ ਸਟੇਟਮੈਂਟ ਦੇਖਦੇ ਹਾਂ ਕਿ ਨੈਗੇਟਿਵ ਦੇ ਪੋਜ਼ਿਟਿਵ ਕਿਵੇਂ ਆਏਗੀ। ਜੇਕਰ ਪੋਜ਼ਿਟਿਵ ਇਧਰਲੇ ਪਾਸੇ ਨੈਗੇਟਿਵ ਦਾ ਕੰਟਰਾਡਿਕਟ ਹੈ, ਜੇਕਰ ਇੱਧਰਲੇ ਪਾਸੇ ਨੈਗੇਟਿਵ ਉਧਰਲੇ ਪਾਸੇ ਪੋਜ਼ਿਟਿਵ ਹੈ ਤਾਂ ਵੀ ਕੰਟਰਾਡਿਕਟ ਹੈ, ਇੱਧਰ ਪੋਜ਼ਿਟਿਵ ਆ ਗਿਆ ਤਾਂ ਨੈਗੇਟਿਵ ਕੰਟਰਾਡਿਕਟ ਹੈ, ਇੱਧਰ ਨੈਗੇਟਿਵ ਉਧਰ ਪੋਜ਼ਿਟਿਵ ਤਾਂ ਵੀ ਕੰਟਰਾਡਿਕਟ। ਪਰ ਜਦੋਂ ਸੇਮ ਕੰਡੀਸ਼ਨ ਹੋਵੇ ਐਂਡ ਨਾਲ ਜੁੜੇ ਹੋਣ ਤਾਂ ਸੇਮ ਹੋਣਗੇ, ਜੇ ਪੋਜ਼ਿਟਿਵ ਐਸਪੈਕਟ ਹੈ ਤਾਂ ਪੋਜ਼ਿਟਿਵ, ਨੈਗੇਟਿਵ ਆ ਰਿਹਾ ਤਾਂ ਨੈਗੇਟਿਵ। ਜਿਵੇਂ ਇੱਕ ਪਾਸੇ ਨੈਗੇਟਿਵ ਹੋ ਗਿਆ ਇੱਕ ਪਾਸੇ ਪੋਜ਼ਿਟਿਵ ਹੋ ਗਿਆ, ਬਟ ਦਾ ਯੂਜ਼ ਹੀ ਹੁੰਦਾ। ਹਾਂ ਉਹ ਤਾਂ ਕੰਟਰਾਡਿਕਟ ਦੱਸਦਾ ਨਾ, ਵੀ ਹੱਟ ਕਰ ਲਿਆ ਐਂਡ 'ਚ ਕਰ ਰਿਹਾ, ਐਂਡ ਦੇ ਵਿੱਚ ਫੇਲ ਹੋ ਜਾਂਦੀ, ਉੱਥੇ ਹੀ ਕੰਮ ਕਰਦੀ ਉਹ ਕੰਟਰਾਡਿਕਟ, ਮਤਲਬ ਇੱਥੇ ਨਹੀਂ ਹੁੰਦਾ, ਇੱਥੇ ਦੋ ਪੋਜ਼ਿਟਿਵ ਦਾ ਪੋਜ਼ਿਟਿਵ, ਨੈਗੇਟਿਵ ਹੈ ਨੈਗੇਟਿਵ। ਜਿਵੇਂ ਇਹ ਗੱਲ ਸਮਝ ਆ ਗਈ, ਇਹ ਪਲੱਸ ਵੀ ਕਰਦਾ ਹੈ, ਜੋੜ ਕਰਾਉਂਦਾ, ਇਹ ਜੋੜ ਲਿਖੇ ਨਾ ਟੂ ਐਂਡ, ਵੈਸੇ ਐਂ ਲਿਖਿਆ ਨਹੀਂ ਹੁੰਦਾ, ਨਿਮੈਰਿਕਸ ਨਹੀਂ ਹੁੰਦਾ, ਟੂ ਐਂਡ ਟੂ ਮੇਕਸ ਆਰ ਮੇਕ ਫੋਰ। ਵੈਸੇ ਦੋਨੋਂ ਗੱਲਾਂ 'ਚ ਦੇਖੋ, ਇਹ ਤਾਂ ਬੜੀ ਗਹਿਰੀ ਸਮਝ ਵਾਲੀ ਚੀਜ਼ ਹੈ, ਇਹ ਕੁਐਸਚਨ ਪੁੱਛਿਆ ਵੀ ਗਿਆ ਸੀ ਮੇਰੇ ਤੋਂ ਇੰਟਰਵਿਊ 'ਚ, ਉਹਨੇ ਦੂਸਰਾ ਕੁਐਸਚਨ ਸਟੇਟਮੈਂਟ ਦਿੱਤੀ ਟੂ ਐਂਡ ਟੂ ਕ੍ਰੇਟਸ ਔਰ ਕ੍ਰੇਟ ਫੋਰ,
ਜੇ ਤਾਂ ਐਂਡ ਨੂੰ ਸਮਝ ਕੇ ਚੱਲਦੇ ਹੋ, ਦੋ ਤੇ ਦੋ ਚਾਰ ਬਣਾ ਦੇ ਤਾਂ ਮੇਕ ਆਉਂਦਾ, ਜ਼ਿਆਦਾ ਬਣਾਉਂਦਾ ਜ਼ਿਆਦਾ ਵਰਬ ਹੈ ਉਹ, ਵਰਬ ਦੇ ਪਿੱਛੇ ਐਸ ਔਰ ਐਸ ਦੇ ਨਾਲ ਸਿਮਲਰ ਬਣਦੀ ਹੈ, ਪਲੂਰਲ ਨਹੀਂ ਬਣਦੀ, ਗੱਲ ਧਿਆਨ 'ਚ ਰੱਖਿਆ ਜਾਵੇ। ਨਾਊਨ ਦੇ ਪਿੱਛੇ ਐਸ ਔਰ ਐਸ ਲਾਉਣ ਦੇ ਨਾਲ ਨਾਊਨ ਜ਼ਿਆਦਾ ਬਣਦਾ, ਜਿਵੇਂ ਪੈਨ ਹੈ, ਪੈਨਸ ਬਣ, ਸੋਰੀ ਪੈਨ ਨਹੀਂ ਚੱਲ ਰਿਹਾ, ਜਿਵੇਂ ਬੁੱਕ ਹੈ, ਬੁੱਕਸ ਬਣਾਉਣ ਤੋਂ ਜ਼ਿਆਦਾ ਬਣਗੀਆਂ, ਪੈਨ ਹੈ, ਪੈਨਸ ਬਣਾਉਣ ਤੋਂ ਜ਼ਿਆਦਾ ਬਣਗੀ, ਇਹ ਨਾਊਨ ਦੇ ਵਿੱਚ ਜ਼ਿਆਦਾ ਬਣ ਰਹੇ ਨੇ। ਵਰਬ ਦੇ ਵਿੱਚ ਐਵੇਂ ਨਹੀਂ ਹੁੰਦਾ, ਜਿੱਥੇ ਮੇਕ ਲਿਖਿਆ ਹੋਇਆ ਹੈ ਇੱਥੇ ਮੇਕਸ ਲਿਖਿਆ ਹੋਇਆ, ਇਹ ਮੇਕਸ ਜਿਹਦੇ ਵਿੱਚ ਐਸ ਲੱਗਿਆ ਹੋਇਆ ਨਾ ਸਿੰਗੂਲਰ ਹੈ, ਆਹ ਪਲੂਰਲ ਹੈ, ਇਹ ਗੱਲ ਧਿਆਨ ਰੱਖੀ ਜਾਵੇ, ਭੁੱਲ ਨਾ ਜਾਇਓ, ਇਹ ਹਰ ਵਾਰ ਗੜਬੜ ਹੋ ਜਾਂਦੀ ਹੈ, ਕਿਉਂਕਿ ਜਿਹੜੀ ਬੇਸ ਫੋਰਮ ਹੁੰਦੀ ਹੈ, ਬੇਸ ਹੈ ਨਾ, ਇਹ ਬੇਸ ਹੈ, ਇਹ ਵਿੱਚ ਐਸ ਲਾਇਆ ਗਿਆ ਨਾ, ਜਿਹੜੀ ਬੇਸ ਫੋਰਮ ਹੁੰਦੀ ਹੈ ਪਲੂਰਲ ਹੁੰਦੀ ਹੈ ਉਹ। ਚਲੋ ਜੇ ਤਾਂ ਦੇਖੋ ਇਸ ਚੀਜ਼ ਦੇਖਦੇ ਹੋ ਕਿ ਜੋੜ ਕਰਦਾ ਹੈ, ਦੋ ਤੇ ਦੋ ਚਾਰ ਬਣਦੇ ਤਾਂ ਬੇਕ ਆਉਂਦਾ, ਪਰ ਜੇਕਰ ਦੋ ਤੇ ਦੋ ਦੇਖਿਆ ਜਾਵੇ ਕ੍ਰੀਏਟਸ ਕਰਦਾ ਫਿਰ ਚਾਰ ਬਣਦੇ, ਇਹਦਾ ਮਤਲਬ ਜੇ ਤਾਂ ਅਸੀਂ ਯੂਨਿਟ ਮੰਨਦੇ ਹਾਂ ਨੂੰ, ਦੋ ਜਮ੍ਹਾਂ ਦੋ ਬਰਾਬਰ ਚਾਰ, ਦੋ ਗੁਣਾ ਦੋ ਬਰਾਬਰ ਚਾਰ, ਜੇ ਤਾਂ ਅਸੀਂ ਯੂਨਿਟ ਮੰਨਦੇ ਹਾਂ ਨੂੰ, ਇਹਨੂੰ ਯੂਨਿਟ ਮੰਨਦੇ ਹਾਂ ਕਿਉਂਕਿ ਆਹ ਇੱਕ ਯੂਨੀਵਰਸਲ ਲਾਅ ਹੈ, ਜੇ ਤਾਂ ਯੂਨਿਟ ਮੰਨਦੇ ਹਾਂ ਫਿਰ ਤਾਂ ਆਊਗਾ ਕ੍ਰੀਏਟਸ ਵਾਲਾ, ਜੇਕਰ ਜੋੜ ਮੰਨਦੇ ਤਾਂ ਮੇਕ ਆਊਗਾ। ਇਹ ਕੁਸ਼ਚਨ ਬੜੀ ਡਿਟੇਲ 'ਚ ਪੁੱਛਿਆ ਗਿਆ, ਅਸੀਂ 10 ਮਿੰਟ ਚਰਚਾ ਹੋਈ ਇਸ ਦੇ ਉੱਤੇ, ਠੀਕ ਹੈ, ਤਾਂ ਸਿਲੈਕਟ ਕਰਿਆ ਸੀ ਵੀ ਹਾਂ ਇਹ ਗੱਲ ਹੈਗੀ ਹੈ। ਮੈਂ ਕਿਹਾ ਦੋਨੇ ਗੱਲਾਂ ਚੱਜ ਕਰ ਲਓ ਤੁਸੀਂ, ਜਾਂ ਤਾਂ ਜੋੜ ਕੇ ਦੇਖ ਲਓ ਜਾਂ ਯੂਨਿਟ ਮੰਨ ਲਓ, ਜੇ ਤਾਂ ਯੂਨਿਟ ਮੰਨਦੇ ਹੋ ਤਾਂ ਕ੍ਰੀਏਟਸ ਆਏਗਾ, ਜੇ ਜੋੜਦੇ ਤਾਂ ਜ਼ਿਆਦਾ ਬਣਦਾ, ਜੋੜ ਬਣਾਊਗਾ ਉਹ ਚਾਰ, ਦੋ ਨੰਬਰ ਦੇ ਦੋ ਨੰਬਰ ਜੁੜ ਕੇ ਚਾਰ ਬਣਦੇ ਨੇ। ਐਕਚੁਅਲ ਦੇ ਵਿੱਚ ਦੇਖਿਆ ਜਾਵੇ ਦੋ ਨੰਬਰ ਦੀ ਪਹਿਚਾਣ ਦੋ ਨੰਬਰ ਕਿਉਂ ਹੈ, ਦੋ ਨੰਬਰ ਦੀ ਪਹਿਚਾਣ ਦੋ ਨੰਬਰ ਕਿਉਂ ਹੈ, ਇਹ ਕੁਸ਼ਚਨ ਪੁੱਛਿਆ ਗਿਆ ਸੀ, ਦੋ ਨੰਬਰ ਨੂੰ ਦੋ ਨੰਬਰ ਕਿਉਂ ਕਹਿੰਦੇ ਨੇ, ਇਹ ਇਹ ਜਿਹੜਾ ਦਿੱਤਾ ਹੋਇਆ ਮਾਰਕਰ ਇਹਨੂੰ ਮਾਰਕਰ ਕਿਉਂ ਕਹਿਆ ਜਾਂਦਾ ਹੈ, ਨਾਮ ਦੇ ਦਿਆ ਇਹਨੂੰ, ਕੀ ਇਹਦੇ ਵਿੱਚ ਮਾਰਕਰ ਦੀ ਪ੍ਰੋਪਰਟੀ ਅਵੇਲੇਬਲ ਹੈ, ਮਾਰਕਰ ਨਾਮ ਦੀ ਪ੍ਰੋਪਰਟੀ ਦੇ ਵਿੱਚ ਕੋਈ ਅਵੇਲੇਬਿਲਿਟੀ ਨਹੀਂ ਹੈਗੀ, ਇਹ ਸਿੰਬਲ ਦਿੱਤਾ ਗਿਆ, ਦੈਟਸ ਓਕੇ, ਸਿੰਬਲ ਦੀ ਪ੍ਰੋਪਰਟੀ ਜੇਕਰ ਆਪਾਂ ਲਿਖਦੇ ਹਾਂ ਮਾਰਕਰ ਐਵੇਂ ਲਿਖਿਆ ਜਾਊਗਾ ਨਾ, ਕੀ ਇਹ ਪ੍ਰੋਪਰਟੀ ਦੇ ਵਿੱਚ ਨਜ਼ਰ ਆਉਂਦੀ ਹੈ, ਨਹੀਂ ਆਉਂਦੀ, ਹਾਲਾਂਕਿ ਇਹ ਬਹੁਤ ਡੀਪ ਵਾਲੀ ਗੱਲ ਹੈ, ਸਾਈਕੋਲੋਜੀਕਲ ਫੀਨੋਮੇਨਾ ਹੈ, ਜਿਹਦੇ ਨਾਮ ਦਿੱਤੇ ਗਏ ਉਹਦੀ ਪ੍ਰੋਪਰਟੀ 'ਚ ਨਜ਼ਰ ਨਹੀਂ ਆਇਆ ਕਰਦੀ ਕਿਸੇ ਦੀ, ਜੇਕਰ ਇਸੇ ਚੀਜ਼ ਨੂੰ ਆਪਾਂ ਨੂੰ ਨਾ ਪਤਾ ਹੁੰਦਾ, ਇਹਨੂੰ ਸਕੈਚ ਕਹਿੰਦੇ ਹੁੰਦੇ, ਇਹਨੂੰ ਸਕੈਚ ਕਹਿੰਦੇ ਹੁੰਦੇ, ਤਾਂ ਸਕੈਚ ਮੰਨ ਲੈਂਦੇ ਸੀ, ਜਵਾਕ ਨੂੰ ਉਹੀ ਚੀਜ਼ਾਂ ਸਮਝ ਆਉਂਦੀਆਂ ਨੇ ਜਿਹੜੇ ਨਾਮ ਦੱਸੇ ਜਾਂਦੇ ਨੇ, ਜਵਾਕ ਨੂੰ ਪਹਿਲੇ ਮੈਂ ਕਿਹਾ ਦੈਟਸ ਇਜ਼ ਪੈਨਸਿਲ, ਉਹ ਪੈਨਸਿਲ ਕਹਿੰਦਾ ਪੈਨਸਿਲ, ਉਹਨੂੰ ਕੀ ਪਤਾ ਜੇ ਪ੍ਰੋਪਰਟੀ ਪੈਨਸਿਲ ਦੀ ਹੈਗੀ ਨਹੀਂ ਹੈਗੀ, ਉਹ ਜੇਕਰ ਪੈਨ ਨੂੰ ਪੈਨਸਿਲ ਕਹਿੰਦੇ ਤਾਂ ਸਾਹਮਣੇ ਬੱਚਾ ਬੱਚਾ ਪੈਨ ਨੂੰ ਪੈਨਸਿਲ ਹੀ ਕਹਿੰਦਾ, ਇਹ ਨਾਮ ਦੀ ਕੁਆਲੀਫਿਕੇਸ਼ਨ ਹੁੰਦੀ ਹੈ, ਦੋ ਦੀ ਦੋ ਦੀ ਪ੍ਰੋਪਰਟੀ ਕੋਈ ਨਹੀਂ ਹੈਗੀ, ਸਿੰਬਲ ਨੰਬਰ ਨੇ, ਜਿਹਦੇ ਸਾਈਕੋਲੋਜੀ ਗੱਲ ਕਰਾਂਗੇ ਨਾ ਉਦੋਂ ਸਾਨੂੰ ਪਤਾ ਲੱਗੋ ਵੀ ਹੈ ਇਹ ਕੀ ਚੀਜ਼ਾਂ ਹੋ ਗਈਆਂ, ਥੋੜ੍ਹੀਆਂ ਜਿਹੀਆਂ ਨਾ ਇਹ ਸਾਈਕੋਲੋਜੀਕਲ ਫੀਨੋਮੇਨਾ ਨੇ, ਸ਼ਬਦ ਨੇ ਨਾਮ ਦਿੱਤਾ ਗਿਆ ਸੋਕੇ, ਇਸ ਤੋਂ ਬਾਅਦ ਕੁਛ ਵੀ ਨਹੀਂ ਸੀ। ਪ੍ਰੋਪਰਟੀ ਕਾਊਂਟ ਕਰਦੇ ਵਾਸਤੇ ਜੇਕਰ ਯੂਨਿਟ ਕਾਊਂਟ ਕਰਦੇ ਹੋ ਤਾਂ ਇੱਕ ਕਾਊਂਟ ਹੁੰਦੀ ਹੈ, ਜੇਕਰ ਜੋੜ ਨੰਬਰ ਕਾਊਂਟ ਕਰਦੇ ਹੋ ਤਾਂ ਜ਼ਿਆਦਾ ਕਾਊਂਟ ਹੁੰਦਾ, ਦੋਨੋਂ ਗੱਲਾਂ ਠੀਕ ਨੇ। ਅੱਛਾ ਐਂਡ ਵਾਲੀ ਗੱਲ, humbleness and honesty wins the game, humbleness and honesty wins the game, chal rahi video chal rahi, humbleness and honesty
ਇੰਟੀਗ੍ਰਿਟੀ ਐਂਡ ਕੰਸਿਸਟੈਂਸੀ ਐਂਡ ਸਭ ਲੱਗਿਆ ਹੋਇਆ ਇਧਰ ਪਾਸੇ ਪੋਜ਼ਿਟਿਵ ਐਸਪੈਕਟ ਹੈ ਇਧਰਲੇ ਪਾਸੇ ਪੋਜ਼ਿਟਿਵ ਐਸਪੈਕਟ ਹੈ ਹੰਬਲ ਲੈਸ ਹੁੰਦਾ ਦਿਆਲਤਾ ਦਿਆ ਹੰਬਲ ਕੋਈ ਕੋਈ ਬੰਦਾ ਨਹੀਂ ਹੁੰਦਾ ਮੈਂ ਹੰਬਲ ਹਾਂ ਹੰਬਲ ਰਿਕੁਐਸਟ ਕਰਦਾ ਹੰਬਲ ਰਿਕੁਐਸਟ ਕਰਨ ਦਾ ਮਤਲਬ ਹੁੰਦਾ ਕਿ ਮੈਂ ਨਿਮਰਤਾ ਦੇ ਨਾਲ ਨੀਵਾਂ ਬਹਿ ਕੇ ਤੁਹਾਡੇ ਬਰਾਬਰ ਨਾ ਬਹਿ ਕੇ ਥੱਲੇ ਬਹਿ ਕੇ ਤੁਹਾਡੇ ਨਾਲ ਫਿਰ ਗੱਲ ਕਰਦਾ ਉਹਨੂੰ ਹੰਬਲ ਲੈਸ ਕਹਿੰਦੇ ਨੇ ਜਦੋਂ ਆਪਾਂ ਕਿਸੇ ਰਿਕੁਐਸਟ ਕਰਦੇ ਨਾ ਅਸੀਂ ਕਿਵੇਂ ਤੁਸੀਂ ਇਹ ਸਭ ਕਹਿ ਕੇ ਦੇਖਿਓ ਜੇਕਰ ਤੁਹਾਡੇ ਨਾਕੇ 'ਤੇ ਚਲਾਨ ਕੱਟ ਗਿਆ ਉਹ ਚਲਾਨ ਕੱਟਣ ਵਾਲਾ ਜੇ ਤਾਂ ਤੁਸੀਂ ਘੈਂਟ ਬਣ ਕੇ ਦਿਖਾਓਗੇ ਫਿਰ ਤਾਂ ਬੂਹਾ ਜਾ ਕਿਉਂਕਿ ਉਹਦਾ ਪਾਵਰ ਉਸ ਵਕਤ ਪਰ ਜੇ ਤੁਸੀਂ ਕਹੋਗੇ ਸਰ ਆਈ ਫੀਲ ਵੈਰੀ ਸੋਰੀ ਫੋਰ ਦਾ ਦਿਸ ਆਈ ਹੰਬਲ ਰਿਕੁਐਸਟ ਫੋਰ ਯੂ ਪਲੀਜ਼ ਅੰਡਰਸਟੈਂਡ ਟ੍ਰਾਈ ਟੂ ਅੰਡਰਸਟੈਂਡ ਇਟ ਉਹ ਬੂਹਾ ਦੈਟਸ ਓਕੇ ਕਿਵੇਂ ਦੀ ਪਰ ਜੇ ਤੁਸੀਂ ਕਹੋਗੇ ਹਾਂ ਨਾ ਇਹ ਮੈਨੂੰ ਪਤਾ ਨਹੀਂ ਹੋਣਾ ਜੇ ਥੋੜਾ ਲਿਖਿਆ ਹੋਊਗਾ ਕੀ ਕਹਿ ਗਿਆ ਉਹ ਕੀ ਕਹਿ ਗਿਆ ਨਹੀਂ ਇਹਨਾਂ ਪਤਾ ਲਾਉਂ ਹੀ ਬੈਠਾ ਉਹਨੂੰ ਨਹੀਂ ਕਹੋਗੇ ਜਿਹੜਾ ਸਫਾਈ ਹੈ ਉਹਨੂੰ ਥੋੜੀ ਪਤਾ ਹੈ ਉਹ 10ਵੀਂ ਆ ਜਰਾ ਜਿਹੜਾ ਡੀਟੀਓ ਹੁੰਦਾ ਡਿਸਟ੍ਰਿਕਟ ਟ੍ਰਾਂਸਪੋਰਟਿੰਗ ਆਫੀਸਰ ਉਹ ਪੜਿਆ ਲਿਖਿਆ ਹੁੰਦਾ ਜਿਹੜੇ ਖਰਚਾ ਵਾਲਾ ਕਟਾ ਹੁੰਦਾ ਜੇਕਰ ਘੱਟੋ ਘੱਟ ਐਸ ਆਈ ਦਾ ਹੋਊਗਾ ਉਹਨੂੰ ਥੋੜ੍ਹਾ ਜਿਹਾ ਕਹੋਗੇ ਨਾ ਉਹ ਕਦੇ ਨਹੀਂ ਕਹਿੰਦਾ ਹੈਗਾ ਮੈਂ ਇਹ ਚੀਜ਼ ਟਰਾਈ ਕਰਕੇ ਦੇਖੀ ਹੋਈ ਹੈ ਉਹ ਕਦੇ ਨਹੀਂ ਕਹਿੰਦਾ ਬਹੁਤ ਜਾਓ ਤੁਹਾਡਾ ਮੂੰਹ ਜਿਹਾ ਦੇਖ ਲੈਂਦਾ ਨਾ ਵੀ ਕਿਹਾ ਲੱਗੀ ਨਾ ਜੀ ਮਾਰਕੀਟ ਕਿਵੇਂ ਕਰਕੇ ਕਸਟਮਰ ਵੀ ਕਿਹਾ ਜਾ ਇਹ ਪਟਾਕੇ ਵਜਾਉਣ ਵਾਲਾ ਪਹਿਲੇ ਵਾਰ ਦੇਖੋ ਕਿ ਬੋਲਟਰ ਸਨੈਸ ਰਹਿ ਗਿਆ ਉਹ ਪਹਿਲੀ ਵਾਰ ਚੈੱਕ ਕਰ ਦਿੰਦਾ ਬੋਲਟਰ ਹਾਂ ਹੈਗਾ ਜੀ ਸਨੈਸਰ ਦੇਖ ਲਓ ਜੀ ਇਹੀ ਹੈ ਸਿੰਪਲ ਹੈ ਉਹਨੂੰ ਪਤਾ ਲੱਗ ਗਿਆ ਬੰਦਾ ਠੀਕ ਜਿਹਾ ਲੱਗਦਾ ਜਾ ਚਲੋ ਕਦੇ ਮੈਂ ਰਿਕੁਐਸਟ ਕਰ ਪਰ ਤੁਸੀਂ ਤਾਂ ਟਰਾਈ ਕਰਕੇ ਦੇਖਿਓ ਕਿਸੇ ਨਾਲ ਕੋਈ ਤੁਸੀਂ ਉੱਚੀ ਬਾਤ ਗੱਲ ਕਰ ਦੋਗੇ ਤੁਹਾਡਾ ਬੈਨੀਫਿਟ ਕਦੇ ਨੁਕਸਾਨ ਨਹੀਂ ਹੋਊਗਾ ਨੀਵੀਂ ਗੱਲ 'ਤੇ ਵਾਸ ਕਰੋ ਤੁਹਾਡਾ ਬੈਨੀਫਿਟ ਹੋਊਗਾ ਹਮੇਸ਼ਾ ਹੀ ਟਰਾਈ ਕਰਕੇ ਦੇਖੋ ਜ਼ਿੰਦਗੀ 'ਚ ਅੱਗੇ ਵਧੋਗੇ ਅੱਗੇ ਵਧੋਗੇ ਅੱਗੇ ਜਾਓਗੇ ਘੈਂਟ ਬਣੋਗੇ ਥੱਲੇ ਡਿੱਗੋਗੇ ਘੈਂਟ ਨਹੀਂ ਬਣਨਾ ਦੇਖੋ ਦੋਨੋਂ ਪੋਜ਼ਿਟਿਵ ਐਸਪੈਕਟ ਨੇ ਹੰਬਲਨੈਸ ਅਤੇ ਓਨੈਸਟੀ ਦਇਆ ਭਾਵਨਾ ਅਤੇ ਇਮਾਨਦਾਰੀ ਹਮੇਸ਼ਾ ਗੇਮ ਨੂੰ ਜਿੱਤ ਲੈਂਦੀਆਂ ਨੇ ਜਿੱਤਦੀਆਂ ਨੇ ਇੱਥੇ ਵਿਨ ਨਹੀਂ ਆਉਂਦਾ ਕਿਉਂ ਨਹੀਂ ਆਉਂਦਾ ਤੁਸੀਂ ਕਹੋਗੇ ਸਰ ਦੋ ਚੀਜ਼ਾਂ ਦਾ ਕਾਊਂਟ ਕਰਾ ਲਿਆ ਨਾਲੇ ਜੋੜ ਕਰਾਤਾ ਨਾਲੇ ਪੋਜ਼ਿਟਿਵ ਨੇ ਤੁਸੀਂ ਕਿਉਂ ਨਹੀਂ ਫਿਰ ਵਿਨ ਲਿਖਦੇ ਕਿਉਂਕਿ ਆਹ ਦੋਨੋਂ ਨੰਬਰ ਅਨਕਾਊਂਟੇਬਲ ਨੇ ਕਿਹੜੇ ਅਨਕਾਊਂਟੇਬਲ ਆਹ ਵੀ ਅਨਕਾਊਂਟੇਬਲ ਹੈ ਜਦੋਂ ਵੀ ਸਾਡੇ ਕੋਲ ਅਨਕਾਊਂਟੇਬਲ ਆਉਂਦਾ ਤਾਂ ਸਿੰਗੂਲਰ ਟ੍ਰੀਟ ਕਰਦੇ ਹਾਂ ਇਹ ਗੱਲ ਪਹਿਲਾਂ ਵੀ ਦੱਸੀ ਸੀ ਹੁਣ ਵੀ ਦੁਬਾਰਾ ਦੱਸ ਰਹੇ ਵਿਨ ਨਹੀਂ ਆਉਂਦਾ ਵਿਨਸ ਆਉਂਦਾ ਸਿੰਗੂਲਰ ਹੈ ਕਨਫਿਊਜ਼ਨ ਹੋ ਜਾਓ ਕਿ ਸਰ ਨੇ ਕਿਹਾ ਸੀ ਐਂਡ ਜੋੜ ਦੋ ਬਸ ਵੱਡੇ ਹੋ ਗਏ ਜਾਂ ਦੇ ਹੋ ਗਏ ਇਹਨੂੰ ਜੋੜ ਦੋਗੇ ਤਾਂ ਵੀ ਸਿੰਗੂਲਰ ਰਹੂਗਾ ਐਗਜ਼ਾਮਪਲ ਇੱਥੇ ਇੰਟੀਗ੍ਰਿਟੀ ਐਂਡ ਕੰਸਿਸਟੈਂਸੀ ਇੰਟੀਗ੍ਰਿਟੀ ਦਾ ਮਤਲਬ ਕੀ ਹੁੰਦਾ ਹੈ ਪੂਰਾ ਬੰਦਾ ਇਮਾਨਦਾਰ ਵਫਾਦਾਰ ਇੰਟੀਗ੍ਰੇਟ ਹੋਣਾ ਪੂਰਾ ਵਫਾਦਾਰ ਇਮਾਨਦਾਰ ਆਪਣੇ ਆਪ ਦੇ ਨਾਲ ਵੀ ਕੰਸਿਸਟੈਂਸੀ ਹੁੰਦਾ ਲਗਾਤਾਰ ਬਣਾਈ ਰੱਖਣਾ ਜੇਕਰ ਤੁਸੀਂ ਰੋਜ਼ ਇੱਕ ਚੈਪਟਰ ਪੜ੍ਹਦੇ ਹੋ ਤੁਸੀਂ ਰੋਜ਼ ਇੱਕ ਚੈਪਟਰ ਪੜ੍ਹਦੇ ਰਹੋ 365 ਦਿਨਾਂ ਜੇ 365 ਚੈਪਟਰ ਪੜ੍ਹ ਜਾਓਗੇ 365 ਚੈਪਟਰ ਹੁੰਦੇ ਵੀ ਕਿਸੇ ਵੀ ਟੌਪਿਕ 'ਚ 365 ਚੈਪਟਰ ਖਤਮ ਕਰ ਚੁ ਪਰ ਕੰਸਿਸਟੈਂਸੀ ਹੈ ਜੀ ਅੱਜ ਇੱਕ ਚੈਪਟਰ ਵਾਲਾ ਦੱਸਦਾ ਉਹ ਫਿਰ ਦੇਖਦੇ ਹਾਂ ਕਿਹੜਾ ਬੜਾ ਸੀ ਠੀਕ ਹੈ ਕੰਸਿਸਟੈਂਸੀ ਇੱਕ ਬੰਦਾ ਨਹੀਂ ਬਣਾ ਸਕਦਾ ਇਹੀ ਬੰਦੇ ਨੂੰ ਮਾਰ ਖਾਂਦੀ ਹੈ ਇਹੀ ਬੰਦੇ ਲੈ ਕੇ ਜਾਂਦੇ ਇਹੀ ਬੰਦੇ ਮਰਵਾ ਦਿੰਦੀ ਹੈ ਇਹ ਕਹਿੰਦੇ ਵੀ ਉਹ ਦੋਹੇ ਚੀਜ਼ਾਂ ਨੇ ਤੁਸੀਂ ਇਮਾਨਦਾਰ ਰਹੋ ਅਤੇ ਲਗਾਤਾਰ ਪੜ੍ਹਦੇ ਰਹੋ ਲਗਾਤਾਰ ਕੰਮ ਕਰਦੇ ਰਹੋ ਤੁਸੀਂ ਜਿੱਤ ਜਾਓਗੇ ਤਾਂ ਇੱਥੇ ਵਿਨਸ ਆਏਗਾ ਵਿਨ ਨਹੀਂ ਆਏਗਾ ਦੋਨੋਂ ਕੀ ਨੇ ਅਨਕਾਊਂਟੇਬਲ ਨੇ ਅਗਲਾ ਫੋਰ ਪੈਨਸ ਐਂਡ ਟੂ ਪੈਨਸਿਲਸ ਇਜ਼ ਔਰ ਆਰ ਜੀ
ਵੈਰੀ ਕੋਸਟਲੀ। ਔਰ ਹਾਂ ਇਹ ਜੁੜ ਗਿਆ ਨਾ, ਤੁਸੀਂ ਕਹੋਗੇ ਸਰ ਇਹਦੇ ਪਹਿਲੇ ਜਾਂਦੇ ਨੇ ਇੱਕ ਪੈਨ ਇੱਕ ਪੈਨਸਲ ਠੀਕ ਹੈ, ਹੁਣ ਤਾਂ ਹੁਣ ਵੀ ਜ਼ਿਆਦਾ ਨਾ ਹੋਗੀ, ਇੱਕ ਪੈਨਸਲ ਇੱਕ ਪੈਨ ਦੋ ਚੀਜ਼ਾਂ ਹੋ ਗਈਆਂ ਜ਼ਿਆਦਾ ਆ ਰਹਾ ਫਿਰ ਕੀ ਹੋਊਗਾ, ਫਿਰ ਕਾਊਂਟੇਬਲ ਇੱਕ ਹੈ ਤਾਂ ਸਿੰਗੂਲਰ ਰੀਡ ਕਰੂਗਾ, ਜੇਕਰ ਜ਼ਿਆਦਾ ਨੇ ਤਾਂ ਪਲੂਰਲ ਜ਼ਿਆਦਾ ਰੀਡ ਕਰੂਗੀ, ਉਹਦੀ ਵੈਲਿਕ ਕਰੂਗੀ। ਇੰਨੀ ਗੱਲ ਸਮਝ ਆ ਗਈ, ਇੰਨੀ ਗੱਲ ਸਮਝ ਆ ਗਈ, ਅੱਗੇ ਵਧੀਏ, ਬਹੁਤ ਹੋ ਗਿਆ ਤਾਂ ਚਲੋ ਦੈਟਸ ਓਕੇ।